ਤੁਸੀਂ ਅੱਜ ਸਿੰਗਰ ਹੋ ਕਿ ਰੋਸਟਰ ਹੋ, ਮੈਨੂੰ ਇਹ ਦੱਸੋ। ਨਹੀਂ ਮੈਂ ਰੋਸਟਰ ਹੋ ਗਿਆ ਬਾਈ, ਮੈਂ ਕੈਟੇਗਰੀ ਜਿਹੜੀ ਆ ਐਲਗੋਰਿਥਮ ਜਿਹੜਾ ਆ ਨਾ, ਮੈਂ ਰੋਸਟਿੰਗ ਦਾ ਵੱਧ ਆਉਂਦਾ। ਮਤਲਬ ਕੀ ਦੇਖਦੇ ਕੀ ਤੁਸੀਂ, ਕੀ ਦੇਖਦੇ ਹੁਣ ਭਾਜੀ? ਦਲਜੀਤ ਭਾਜੀ ਦਾ ਬਈ ਜਿਹੜਾ ਲੂਮੀਨਾਟੀ ਨੂੰ ਜਿਹੜਾ ਇੰਨਾ ਉਹ ਕਰ ਰਹੇ ਆ, ਮੈਂ ਪਹਿਲੀ ਗੱਲ ਤਾਂ ਮੈਂ ਰਿਸਪੈਕਟ ਕਰਦਾ ਉਸ ਬੰਦੇ ਦੀ। ਮੈਂ ਆਨਲਾਈਨ ਹੀ ਮਤਲਬ ਜਿਵੇਂ ਹੁਣ ਪੈਰੀ ਹੱਥ ਲਾ ਦਿੰਦਾ, ਬਿਲਕੁਲ ਰਿਸਪੈਕਟ ਤਾਂ ਰਿਸਪੈਕਟ, ਕਿਉਂਕਿ ਰਿਸਪੈਕਟ ਆ ਬਾਈ। ਹਾਂ ਠੀਕ ਆ ਨਾ, ਤੇ ਬਾਕੀ ਉਹ ਬੰਦੇ ਚ ਇੰਨੀ ਅਕਲ ਵੀ ਨਹੀਂ ਹੈਗੀ ਬਾਈ। ਡਰ ਨਹੀਂ ਲੱਗਦਾ ਇੰਨੇ ਨੇ ਤੁਸੀਂ ਵੱਡੇ ਪੰਗੇ? ਮੈਨੂੰ ਕਾਹਦਾ ਡਰ ਲੱਗਣਾ ਬਾਈ, ਮੈਂ ਘਰੇ ਆ ਬਾਈ। ਬਾਈ ਦਾ ਰਿਪਲਾਈ ਆ, ਬਾਈ ਨੂੰ ਰਿਪਲਾਈ ਕਰਨ ਦੀ ਲੋੜ ਹੀ ਨਹੀਂ ਸੀ। ਮੇਰੀ ਇੱਕ ਦੋ ਵੀਡੀਓ ਬਹੁਤ ਸਹੀ ਚੱਲ ਰਹੀਆਂ ਸੀ, ਰਿਪਲਾਈ ਕਰਕੇ ਤਾਂ ਇਹ ਤਾਂ ਮਤਲਬ ਇਹ ਪੰਗਾ ਲੈਣ ਵਾਲੀ ਗੱਲ ਆ। ਤੁਹਾਡੇ ਵਿਊ ਵਧੇ ਉਹਦੇ ਨਾਲ ਬਾਈ, ਇੰਨੇ ਮਹਿੰਗੇ ਕੱਪੜੇ ਲੈਣ ਦੀ ਲੋੜ ਕੀ ਆ? ਬੈਲੈਂਸੀ ਆ ਗਿਆ ਹੈ ਕਿ ਇਹ ਵੀ ਇੱਕ ਰਿਚੁਅਲ ਆ। ਸੋਨੂ ਸੀਤੋ ਵਾਲਾ ਬਾਈ ਵੀ ਅੱਜ ਕੱਲ੍ਹ ਬਹੁਤ ਲਾਈਮਲਾਈਟ 'ਚ ਆ ਬਾਈ, ਉਹਦਾ ਉਹ ਲੂਮੀਨਾਟੀ ਦੇ ਉਹਦੇ 'ਚ ਆ ਬਾਈ, ਪ੍ਰਭਾਵ 'ਚ ਪ੍ਰਭਾਵ 'ਚ। ਮੈਨੂੰ ਲੱਗਦਾ ਕਿ ਇਲੂਮੀਨਾਟੀ ਦਾ ਬੋਸ ਸੀ, ਮੈਨੂੰ ਲੱਗਦਾ ਸੋਨੂ ਸੀਤੋ ਵਾਲਾ ਕਿਤੇ। ਤੁਸੀਂ ਕਿਹਾ ਤੁਸੀਂ ਹੁਣ, ਮੈਂ ਬਾਈ ਇੰਨਾ ਸੱਚ ਨਹੀਂ ਬੋਲਣਾ ਬਾਈ, ਮੈਂ ਇੰਨਾ ਸੱਚ ਨਹੀਂ ਬੋਲਣਾ। ਸਤਿ ਸ਼੍ਰੀ ਅਕਾਲ ਜੀ, ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਪੰਜਾਬ ਦੇ ਵਿੱਚ ਰੋਜ਼ ਨਵੇਂ ਤੋਂ ਨਵਾਂ ਮੁੱਦਾ ਪੈਦਾ ਹੁੰਦਾ, ਪੈਦਾ ਹੁੰਦਾ ਕਿ ਪੈਦਾ ਕੀਤਾ ਜਾਂਦਾ। ਕਿਹੜਾ ਮੁੱਦਾ ਦੱਸਣ ਦੀ ਤਾਂ ਲੋੜ ਨਹੀਂ। ਮੇਰੇ ਨਾਲ ਮੌਜੂਦ ਨੇ ਪੰਜਾਬ ਦੇ ਇੱਕ ਵੱਡੇ ਨਾਮਵਰ ਕਲਾਕਾਰ, ਮੇਰੀ ਮੁਰਾਦ ਹੈ ਗਰੀਬ ਭਾਜੀ। ਸਤਿ ਸ਼੍ਰੀ ਅਕਾਲ ਜੀ। ਗਮ ਹੈ, ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ, ਜਿਨ੍ਹਾਂ ਨੇ ਮੈਨੂੰ ਇੰਨਾ ਪ੍ਰਯੋਗ ਜਿਹੜਾ ਤੁਸੀਂ ਇੰਨਾ ਜ਼ੋਰ ਪਾਇਆ ਵੀ ਦੁਬਾਰਾ ਦੁਬਾਰਾ, ਅਤੇ ਥੈਂਕ ਯੂ ਸਾਰੀ ਆਡੀਅੰਸ ਦਾ ਜਿੰਨੇ ਵੀ ਮੈਨੂੰ ਪਿਆਰ ਕਰਦੇ ਨੇ, ਅਤੇ ਬਾ ਗਮ ਹੈ ਗਮ ਹੈ। ਅੱਛਾ ਭਾਜੀ, ਤੁਸੀਂ ਧਮਕੀਆਂ ਵੀ ਦਿੰਦੇ ਹੋ, ਤੁਸੀਂ ਕਹਿੰਦੇ ਕਿ ਜੇ ਤੁਸੀਂ ਮੇਰੇ ਨਾਲ, ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰਦਾ ਬਾਈ, ਇਹ ਧਮਕੀਆਂ ਨਹੀਂ ਹੈਗੀਆਂ। ਇਹ ਜੋ ਇਹ ਜਿਹੜਾ ਵੀ ਕੁਛ ਨੈੱਟ 'ਤੇ ਲਿਖਿਆ ਉਹ ਸਭ ਪੜ੍ਹ ਕੇ ਬੋਲ ਰਿਹਾ ਮੈਂ। ਵਿਕੀਪੀਡੀਆ 'ਤੇ ਜਾਓ ਤੁਸੀਂ, ਲੂਮੀਨਾਟੀ ਦੀ ਸਾਰਾ ਕੁਛ ਲਿਖਿਆ, ਠੀਕ ਆ ਨਾ। ਅੱਜ ਕੱਲ੍ਹ ਦਾ ਟਰਾਂਸਲੇਟਰ ਵੀ ਆ ਗਏ ਪੰਜਾਬੀ 'ਚ, ਟਰਾਂਸਲੇਟ ਵੀ ਹੁੰਦਾ, ਤੇ ਉਹ ਸਾਰਾ ਕੁਛ ਪੜ੍ਹ ਕੇ ਜਿਹੜਾ ਬੋਲਿਆ ਜਾਂਦਾ। ਅਦਰਵਾਈਜ਼ ਮੈਂ ਕੋਈ, ਤੁਸੀਂ ਗਲਤ ਨਹੀਂ ਬੋਲਦੇ, ਬਿਲਕੁਲ ਸਹੀ ਬੋਲਦੇ। ਮੈਂ ਕਿਸੇ ਯੂਨੀਵਰਸਿਟੀ ਤੋਂ ਮੈਂ ਲੂਮੀਨਾਟੀ ਦੀ ਸਟੱਡੀ ਕਰਕੇ ਨਹੀਂ ਆਇਆ, ਜੋ ਆਨਲਾਈਨ ਯੂਟਿਊਬ ਦੇ ਉੱਤੇ ਪਿਆ ਮੈਂ ਸਾਰਾ ਉੱਥੋਂ ਪੜ੍ਹ ਕੇ ਬੋਲਿਆ ਬਾਈ। ਨਹੀਂ ਨਹੀਂ, ਤੁਸੀਂ ਇੱਕ ਵੀਡੀਓ 'ਚ ਕਿਹਾ ਸੀਗਾ ਕਿ ਜ਼ਿਆਦਾ ਗੱਲ ਆ ਕਿ ਮੈਂ ਸਰੀ 'ਚ ਰਹਿੰਦਾ ਅਤੇ ਆ ਕੇ ਐਂ ਕਰਕੇ ਮੇਰੇ ਨਾਲ ਤੁਸੀਂ ਦੇਖ ਲਓ। ਮੈਂ ਤਾਂ ਕਹਿੰਦਾ ਬਾਈ ਸਰੀ 'ਚ ਆ ਜਾਓ। ਮੈਂ ਕਹਿੰਦਾ ਕਿ ਬੰਦਾ ਕੋਈ ਪੰਜਾਬ ਤੋਂ 17-18-20 ਲੱਖ ਰੁਪਇਆ ਲਾ ਕੇ ਜਾਵੇ, ਫਿਰ 1-2 ਲੱਖ ਦੀ ਟਿਕਟ ਲਵੇ ਅਤੇ ਉੱਥੇ ਚਪੇੜਾ ਖਾਣਾ ਵੇ ਤੁਹਾਡੇ ਕੋਲ। ਨਹੀਂ ਕੋਈ ਗੱਲ ਨਹੀਂ, ਆਪਾਂ ਵਿਚਾਰ ਕਰਾਂਗੇ ਬਾਈ ਪਹਿਲਾਂ ਵੀ ਚਪੇੜਾਂ ਮਾਰਨੀਆਂ ਵੀ ਨਹੀਂ ਮਾਰਨੀਆਂ ਅਗਲੇ ਦੇ, ਠੀਕ ਆ ਨਾ। ਔਰ ਬਾਕੀ ਗੱਲ ਰਹੀ ਗੱਲ ਬਾਈ ਲੂਮੀਨਾਟੀ ਦੇ, ਜਿਹੜੇ ਅੱਜ ਕੱਲ੍ਹ ਇਹ ਨੌਜਵਾਨਾਂ ਨੂੰ ਮਗਰ ਲਾ ਰਿਹਾ ਬਾਈ, ਅਲੱਗ ਅਲੱਗ ਜਿਵੇਂ ਹੁਣ ਕੌਂਸਰਟਾਂ ਦੇ ਵਿੱਚ ਜਾਂਦਾ ਬਾਈ, ਅਤੇ ਉਹ ਲੂਮੀਨਾਟੀ ਦਾ ਇਹ ਬਾਈ, ਇਹ ਤਾਂ ਮਤਲਬ ਇਹ ਰੋਂਗ ਆ ਬਾਈ, ਇਹਦਾ ਇਹ ਤਾਂ ਇਹ ਯੂਜ਼ ਕਰਦੇ ਆ ਲੂਮੀਨਾਟੀ ਵਾਲੇ ਬੰਦੇ ਨੂੰ ਯੂਜ਼ ਕਰਦੇ ਨੇ, ਯੂਜ਼ ਕਰਦੇ ਨੇ। ਉਹ 'ਚ ਐਡਮਿਸ਼ਨ ਬਾਰੇ ਵੀ ਕੋਈ ਬਾਈ ਤੁਸੀਂ ਦੱਸਦੇ ਸੀ? ਐਡਮਿਸ਼ਨ ਲਈ ਹੋਈ ਆ ਉਸ ਬੰਦੇ ਨੇ, ਉਹਦੀ ਇਸ ਟਾਈਮ ਪੰਜਾਬ 'ਚ ਤੂਤੀ ਬੋਲਦੀ ਉਸ ਬੰਦੇ ਦੀ, ਤੂਤੀ ਬੋਲਦੀ, ਅਤੇ ਉਹ ਇਸੇ ਕਰਕੇ ਆ ਬਾਈ। ਉਹ ਲੂਮੀਨਾਟੀ ਦਾ ਜਿਵੇਂ ਕਹਿ ਲਓ ਇੱਕ ਤਰ੍ਹਾਂ ਦਾ ਪਾਲਿਆ ਹੋਇਆ ਬਾਈ, ਉਹ ਪਾਲਿਆ ਹੋਇਆ। ਮਤਲਬ ਤੁਹਾਨੂੰ ਲੱਗਦਾ ਕਿ ਜਿਹੜਾ ਉਹ ਬੰਦਾ ਆ, ਉਹ ਬੰਦਾ ਮਤਲਬ ਜਾਣ ਕੇ ਯੂਥ ਨੂੰ ਖਰਾਬ ਕਰ, ਯੂਥ ਨੂੰ ਖਰਾਬ ਬਾਈ। ਹੁਣ ਤੁਸੀਂ ਆਉਣ ਵਾਲੇ ਸਮੇਂ ਦੇਖ ਲਿਓ ਬਾਈ, ਤੁਹਾਡੇ ਜਵਾਕ ਗਾਲਾਂ ਕੱਢਣਗੇ, ਤੁਹਾਡੇ ਜਵਾਕ ਜਦੋਂ ਤੁਹਾਨੂੰ ਕਹਿਣਗੇ ਵੀ ਹਾਂ ਉਹ ਕੀ ਆ, ਠੀਕ ਆ ਨਾ, ਨਹੀਂ ਹਾਂ ਕਾਰਵਾਈ ਤੇਰੇ ਤੇ ਪਾਉਣੀ ਆ, ਤੇ ਉਹ ਚੀਜ਼ਾਂ ਜਿਹੜੀਆਂ ਨਾ ਤੁਸੀਂ ਉਹ ਫਿਰ ਦੇਖਿਓ, ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਕਾਰਵਾਈ ਪਾਉਣੀ। ਇਹ ਮੈਂ ਨਾ ਸੁਣਿਆ ਲੱਗਦਾ, ਤੁਸੀਂ ਗੱਲ ਕਿਹਦੀ ਕਰ ਰਹੇ ਬਾਈ ਜੀ? ਮੈਂ ਬਾਈ ਇਸ ਟਾਈਮ ਜਿਹੜਾ ਯੂਥ ਦਾ ਮਤਲਬ ਇਸ ਪੂਰਾ
ਗੇਮ ਪਈ ਹੈ ਜਿਸ ਬੰਦੇ ਦੀ ਆਈਕਨ ਆਈਕਨ ਜਿਹੜਾ ਮਤਲਬ ਯੂਥ ਨੂੰ ਉਹ ਯੂਥ ਨੂੰ ਫੋਲੋ ਕਰਦਾ ਬਾਈ। ਅੱਛਾ ਥੋੜਾ ਜਿਹਾ ਉਹਦੇ ਨਾਲ ਪੰਗਾ ਪਿਆ ਉਹਦੇ ਮਗਰ ਪੰਗਾ ਪਿਆ ਥੋੜਾ ਜਿਹਾ ਮੇਰਾ ਪੰਗਾ ਨਹੀਂ ਪਿਆ ਬਾਈ ਅਲੂਮੀਨਾਟੀ ਦਾ ਬੰਦਾ ਬਾਈ ਉਹ ਨਹੀਂ ਹੈ ਕੋਣ ਆ ਬਾਈ ਉਹ ਸੋਨੂ ਸੀਤੋ ਵਾਲਾ ਵੀਰ ਬਾਈ ਸੋਨੂ ਸੀਤੋ ਵਾਲਾ ਤੁਸੀਂ ਉਹਦੀ ਗੱਲ ਕਰਦੇ ਹੋ? ਹਾਂਜੀ ਉਹ ਤਾਂ ਇੱਕ ਵੀਡੀਓ ਵੀ ਮੈਂ ਦੇਖੀ ਸੀਗੀ ਕਿ ਉਹ ਵਿਆਹ ਤੇ ਅੰਬਾਨੀਆਂ ਦੇ ਵਿਆਹ ਤੇ ਵੀ ਬਾਈ ਉਹੀ ਤਾਂ ਗੱਲ ਆ ਬਾਈ ਸਾਨੂੰ ਨਹੀਂ ਆ ਗਿਆ ਵਿਆਹ ਤੇ ਮਸੱਦਾ ਬਾਈ ਉਹਨੂੰ ਹੀ ਕਿਉਂ ਆਇਆ ਉਹਨੂੰ ਕਿਉਂ ਆਇਆ ਅੰਬਾਨੀ ਤੇ ਇਹ ਇਹ ਬਾਈ ਇਹ ਸਾਰਾ ਕੁਛ ਨਾ ਇਹ ਅਮੀਰ ਬੰਦੇ ਚਲਾ ਰਹੇ ਨੇ ਅਮੀਰ ਚਲਾ ਰਹੇ ਇਹ ਜਿਹੜੇ ਵੱਡੇ ਬੰਦੇ ਬੈਠੇ ਆ ਨਾ ਉੱਪਰ ਘਰਾਨੇ ਜਿਹਨੂੰ ਕਹਿੰਦੇ ਆ ਹਾਂ ਉਹ ਉਹ ਦੁਨੀਆ ਨੂੰ ਚਲਾਉਂਦੇ ਆ ਬਾਈ ਉਹਨੂੰ ਲੂਮੀਨਾਟੀ ਕਹਿੰਦੇ ਆ ਇਹ ਗਰੁੱਪ ਆ ਇੱਕ ਗਰੁੱਪ ਇੱਕ ਸੰਘ ਆ ਉਹਦਾ ਮਾਲਕ ਕੌਣ ਆ ਕਿ ਉਹ ਵਿਕੀਪੀਡੀਆ ਤੇ ਲਿਖਿਆ ਨਹੀਂ ਨਹੀਂ ਉਹ ਵੀ ਬਾਈ ਮੈਂ ਹੁਣ ਜਦ ਇੱਕ ਮਿੰਟ ਹੋਲਡ ਕਰਿਓ ਬਾਈ ਮੈਂ ਤੁਹਾਨੂੰ ਹੁਣੀ ਦੱਸ ਦਿੰਦਾ ਬਾਈ ਉਹਦਾ ਲੂਮੀਨਾਟੀ ਦਾ ਕਿਹੜਾ ਬਾਈ ਬੌਸ ਆ ਕੋਈ ਕੋਈ ਬੌਸ ਆ ਬੌਸ ਆ ਮਤਲਬ ਜਿੰਨੀਆਂ ਵੀ ਇਨਫੋਰਮੇਸ਼ਨ ਨੇ ਬਿਲਕੁਲ ਸਹੀ ਹੁੰਦੀਆਂ ਤੁਹਾਡੀਆਂ 110% ਬਾਈ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਤੁਸੀਂ ਜਦੋਂ ਮੈਂ ਤੁਹਾਨੂੰ ਹੁਣ ਕਹਿ ਰਿਹਾ ਵੀ ਹਾਂ ਯਾਰ ਲੂਮੀਨਾਟੀ ਲੂਮੀਨਾਟੀ ਜਦੋਂ ਲੋਕ ਸਰਚ ਕਰਨਗੇ ਜਦੋਂ ਸਰਚਾਂ ਵੱਜਣਗੀਆਂ ਇਹ ਸਾਈਨ ਕੀ ਹੁੰਦਾ ਸਾਈਨ ਕੀ ਹੁੰਦਾ ਉਹਦਾ ਕੀ ਕਰਕੇ ਆਹ ਦੇਖੋ ਤੁਸੀਂ ਹਾਂਜੀ ਸੋਰੀ ਇੱਦਾਂ ਆ ਇੱਦਾਂ ਆ ਉਹਦੀ ਅੱਖ ਖੁੱਲੀ ਆ ਮੈਂ ਬੰਦ ਕੀਤੀ ਹੈ ਕਿਉਂਕਿ ਮੈਂ ਉਹਨੂੰ ਫੋਲੋ ਨਹੀਂ ਕਰਨਾ ਚਾਹੁੰਦਾ ਦਰਸ਼ਕਾਂ ਨੂੰ ਦੱਸੋ ਨਾ ਕੀ ਕਹਿਣਾ ਲੂਮੀਨਾਟੀ ਨੂੰ ਮੈਂ ਫੋਲੋ ਨਹੀਂ ਕਰਨਾ ਮੇਰੀ ਅੱਖ ਬੰਦ ਆ ਠੀਕ 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 ਹੈ ਉਹ ਜਿਹੜਾ ਵੀਰ ਤੁਸੀਂ ਸੋਨੂ ਸੀਤੋ ਵਾਲੇ ਨਾਲ ਤੁਹਾਡਾ ਜਿਹੜਾ ਐਡਾ ਮਸਲਾ ਕਾ ਤੁਸੀਂ ਇੰਨੀਆਂ ਮਤਲਬ ਕੰਟਰੋਵਰਸੀ ਤੁਸੀਂ ਭਾਲਦੇ ਹੋ ਮੈਂ ਕੰਟਰੋਵਰਸੀ ਨਹੀਂ ਭਾਲਦਾ ਬਾਈ ਕੰਟਰੋਵਰਸੀ ਭਾਲਦੇ ਹੋ ਕਿ ਸੋਨੂ ਸੀਤੋ ਵਾਲੇ ਦਾ ਨਾਂ ਲੈ ਕੇ ਤੁਸੀਂ ਇਸ ਟਾਈਮ ਕਿਉਂਕਿ ਲੈਮ ਲਾਈਟ ਦੇ ਵਿੱਚ ਆ ਉਹ ਜਿੱਥੇ ਵੀ ਜਾਂਦਾ ਬਾਈ ਮੈਨੂੰ ਲੈਮ ਲਾਈਟ ਦੀ ਲੋੜ ਹੈਗੀ ਹੈ ਬਾਈ 10 ਮਿੰਟ ਪਹਿਲਾਂ ਇਹ ਜਿਹੜੇ ਮੈਂ ਲਾਈਵ ਹੁੰਦਾ ਤਾਂ ਲੋਕ ਮੈਨੂੰ ਕਿੰਨੇ ਮੇਰੇ ਸ਼ਰਧਾਲੂ ਨੇ ਜਿਹੜੇ ਐਡੇ ਲੰਬੇ ਲੰਬੇ ਮੈਸੇਜ ਕਰਦੇ ਤੁਸੀਂ ਮੇਰਾ ਲਾਈਵ ਦੇਖਿਆ ਕਦੀ ਲਾਈਵ ਦੇਖਿਆ ਮੈਂ ਤੁਸੀਂ ਦੇਖੋ ਤੁਸੀਂ ਲਾਈਵ ਦੇ ਵਿੱਚ ਤੁਹਾਨੂੰ ਵੈਸੇ ਤੁਸੀਂ ਮੈਨੂੰ ਬਲੌਕ ਕੀਤਾ ਹੋਇਆ ਪਿਛਲੀ ਵੀਡੀਓ ਤਾਂ ਉਹ ਚਲੋ ਕੋਈ ਗੱਲ ਨਹੀਂ ਬਾਈ ਤੁਸੀਂ ਅਨਬਲੌਕ ਕਰ ਦਿਓ ਬਾਈ ਜੀ ਮੈਂ ਨਹੀਂ ਗੱਲ ਪਤਾ ਕੀ ਹੈ ਬਾਈ ਜਿਹੜਾ ਬੰਦੇ ਦਾ ਵੀ ਨਵਾਂ ਕੰਮ ਚੱਲਦਾ ਨਾ ਤੁਹਾਡਾ ਹੁਣ ਕੰਮ ਤੁਹਾਡਾ ਟੋਕਰਾ ਟੀਵੀ ਇਹਨਾਂ ਚੱਲਦਾ ਨਹੀਂ ਹੈਗਾ ਇਸ ਕਰਕੇ ਮੈਂ ਫਿਰ ਤੁਹਾਡੇ ਮਗਰ ਜਿੱਦਣ ਥੋੜ੍ਹਾ ਚੱਲਣ ਲੱਗ ਪਿਆ ਤੁਹਾਡੇ ਮਗਰ ਵੀ ਹੈ ਹੁਣ ਜਿਹੜਾ ਸੋਨੂੰ ਸੀਤ ਵਾਲਾ ਇਸ ਟਾਈਮ ਲਾਈਵ ਲਾਈਟ 'ਚ ਹੋਰ ਜਿਹੜੇ ਕਿ ਨਾ ਉਹ ਬੰਦੇ ਜਿਹੜੇ ਕਿ ਨਾ ਪੋਡਕਾਸਟ ਕਰਨ ਲੱਗ ਗਏ ਉਹਨਾਂ ਦਾ ਵਧੀਆ ਚੱਲਣ ਲੱਗ ਗਿਆ ਬਾਈ ਤੇ ਮੈਂ ਉਹਨਾਂ ਨੂੰ ਵੀ ਫਿਰ ਟਾਰਗੇਟ ਕਰਦਾ ਵੀਰੇ ਮਤਲਬ ਜਿਹਦਾ ਕੰਮ ਚੱਲਦਾ ਤੁਸੀਂ ਮਤਲਬ ਉਹ ਬੰਦੇ ਨੂੰ ਟਾਰਗੇਟ ਕਰਦੇ YouTube ਦਾ ਐਲਗੋਰਿਦਮ YouTube ਦਾ ਇੱਕ ਐਲਗੋਰਿਦਮ ਆ ਬਾਈ ਜਿੱਦਾਂ ਤੁਸੀਂ ਕਹਿ ਲਓ ਵੀ ਹਾਂ ਇੱਕ ਕੈਟੇਗਰੀ ਹੁੰਦੀ ਹੈ YouTube ਦੀ ਤੁਸੀਂ ਹਸਾਉਣ ਵਾਲੀ ਵੀਡੀਓ ਲਾਉਣੀ ਹੋ ਤਾਂ ਤੁਹਾਨੂੰ ਹਸਾਉਣ ਆਉਣਗੀਆਂ ਜਿਹੜੀਆਂ ਤੁਹਾਡੀ YouTube ਦੇ ਚੈਨਲ ਦੇ ਉੱਤੇ ਪੈਣਗੀਆਂ ਹੁਣ ਮੇਰੇ ਵਾਲਾ ਤੇ ਕੰਟਰੋਵਰਸੀ ਚੱਲਦੀ ਹੈ ਮੇਰੇ ਗਾਣੇ ਤੁਸੀਂ ਅੱਜ ਸਿੰਗਰ ਹੋ ਕਿ ਰੋਸਟਰ ਹੋ ਮੈਨੂੰ ਇਹ ਦੱਸੋ ਨਹੀਂ ਮੈਂ ਰੋਸਟਰ ਹੋ ਗਿਆ ਬਾਈ ਮੈਂ ਕੈਟੇਗਰੀ ਜਿਹੜੀ ਆ ਐਲਗੋਰਿਦਮ ਜਿਹੜਾ ਆ ਨਾ ਮੇਰੇ ਰੋਸਟਿੰਗ ਦਾ ਵੱਧ ਆਉਂਦਾ ਅੱਛਾ ਅੱਛਾ ਗਾਣਿਆਂ ਨਾਲੋਂ ਸੋ ਮੈਂ ਇਹਦੇ 'ਚ ਜ਼ਿਆਦਾ ਆ ਬਿਲੀਵ ਕਰਦਾ ਬਾਈ ਨਹੀਂ ਮਤਲਬ ਰੋਸਟਰ ਹੋ ਗਏ ਤੁਸੀਂ ਗਾਣਿਆਂ 'ਤੇ ਕਿ ਵਿਊ ਨਹੀਂ ਆ ਰਹੇ ਨਹੀਂ ਗਾਣਿਆਂ ਤਾਂ ਬਾਈ ਮੇਰਾ ਦਿਮਾਗ ਹੁਣ ਮੇਰਾ ਗਾਣਿਆਂ ਵੱਲ ਦਿਮਾਗ ਨਹੀਂ ਹੈਗਾ ਹੁਣ ਮੇਰਾ ਰੋਸਟਿੰਗ ਵੱਲ ਦਿਮਾਗ ਆ ਜ਼ਿਆਦਾ ਹਾਂ ਮਤਲਬ ਟਾਰਗੇਟ ਕਰਦੇ ਤੁਸੀਂ ਮੈਂ ਟਾਰਗੇਟ ਕਰਦਾ ਬਾਈ ਮਤਲਬ ਕੀ ਦੇਖਦੇ ਕੀ ਤੁਸੀਂ ਕੀ ਦੇਖਦੇ ਹੁਣ ਭਾਜੀ ਦਲਜੀਤ ਭਾਜੀ ਦਾ ਬਈ ਜਿਹੜਾ ਲੂਮੀਨਾਟੀ ਨੂੰ ਜਿਹੜਾ ਇੰਨਾ ਉਹ ਕਰ ਰਹੇ ਆ ਮੈਂ ਪਹਿਲੀ ਗੱਲ ਤਾਂ ਮੈਂ ਰਿਸਪੈਕਟ ਕਰਦਾ ਉਸ ਬੰਦੇ ਦੀ ਮੈਂ ਆਨਲਾਈਨ ਹੀ ਮਤਲਬ ਜਿਵੇਂ ਹੁਣ ਪੈਰੀ ਹੱਥ ਲਾ ਦਿੰਦਾ ਬਿਲਕੁਲ ਰਿਸਪੈਕਟ ਤਾਂ ਰਿਸਪੈਕਟ ਕਿਉਂਕਿ ਰਿਸਪੈਕਟ ਆ ਬਾਈ ਠੀਕ ਆ ਨਾ ਤੇ ਬਾਕੀ ਉਹ ਬੰਦੇ 'ਚ ਇੰਨੀ ਅਕਲ ਵੀ ਨਹੀਂ ਹੈਗੀ ਬਾਈ ਇੱਜ਼ਤ ਵੀ ਪੂਰੀ ਕਰਦੇ ਤੁਸੀਂ ਭੁੱਲ ਗਏ ਗਮੇ ਨਹੀਂ ਬਾਈ ਮੈਂ ਤਾਂ ਉਹ ਇੱਜ਼ਤ ਕਰਕੇ ਬਸ ਮੈਂ ਫਿਰ ਮੈਂ ਤੂੰ ਕਹਿ ਦਿੰਦਾ ਕਦੇ ਅਜੀ ਕਹਿ ਦਿੰਦਾ ਫਿਰ ਮੈਂ ਥੋੜ੍ਹਾ ਜਿਹਾ ਸਹਿਮ ਜਾਂਦਾ ਬਾਈ ਸਹਿਮ ਜਾਂਦਾ ਨਹੀਂ ਇਹ ਡਰ ਨਹੀਂ ਲੱਗਦਾ ਇੰਨੇ ਨੇ ਤੁਸੀਂ ਵੱਡੇ ਪੰਗੇ ਲੈ ਮੈਨੂੰ ਕਾਹਦਾ ਡਰ ਲੱਗਣਾ ਬਾਈ ਮੈਂ ਘਰੇ ਹਾਂ ਬਾਈ ਮੈਂ ਜਦੋਂ ਸਰੀ ਬੈਠਾ ਹਾਂ ਮੈਨੂੰ ਕੋਈ ਆ ਕੇ ਆਈ ਡੋਂਟ ਗਿਵ ਅ ਸ਼ਿਟ
ਮੈਨੂੰ ਉਹਦਾ ਕੋਈ ਉਹ ਡਰ ਨਹੀਂ ਗਾ ਹੀ ਇਜ਼ ਅ ਮੈਨ ਹੀ ਇਜ਼ ਅ ਪਰਸਨ ਹੀ ਇਜ਼ ਅ ਮੇਲ ਦਲਜੀਤ ਬਾਈ ਦਾ ਰਿਪਲਾਈ ਆ ਬਾਈ ਨੂੰ ਰਿਪਲਾਈ ਕਰਨ ਦੀ ਲੋੜ ਹੀ ਨਹੀਂ ਸੀ ਮੇਰੀ ਇੱਕ ਦੋ ਵੀਡੀਓ ਬਹੁਤ ਸਹੀ ਚੱਲ ਰਹੀਆਂ ਸੀਗੀਆਂ ਰਿਪਲਾਈ ਕਰਕੇ ਤਾਂ ਇਹ ਤਾਂ ਮਤਲਬ ਇਹ ਪੰਗਾ ਲੈਣ ਵਾਲੀ ਗੱਲ ਆ ਤੁਹਾਡੇ ਵਿਊ ਪਤੇ ਉਹਦੇ ਨਾਲ ਥੱਲੇ ਜਾਂ ਤੁਹਾਡੀ ਕੋਈ ਵੀ ਤੁਸੀਂ ਪੋਸਟ ਸ਼ੇਅਰ ਕਰਦੇ ਹੋ ਥੱਲੇ ਕਮੈਂਟ ਪੜ੍ਹਦੇ ਹੋ ਬਾਈ ਪਹਿਲਾਂ ਪੜ੍ਹਦਾ ਸੀਗਾ ਤੇ ਹੁਣ ਜਦੋਂ ਤੱਕ ਜ਼ਿਆਦਾ ਆਉਣ ਲੱਗੇ ਆ ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਬਾਈ ਇਸ ਕਰਕੇ ਫਿਰ ਮੈਂ ਆਊਟ ਆਫ ਵੇ ਚਲੇ ਜਾਂਦਾ ਉਹ ਫਿਰ ਸੰਗਤ ਇਹੋ ਜਿਹੀ ਹੋ ਜਾਂਦੀ ਹੈ ਮੇਰੀ ਉਹ ਕੋਈ ਗਾਲਾਂ ਹੁੰਦੀਆਂ ਨੇ ਫਿਰ ਮੈਂ ਹੁਣ ਲਾਈਵ ਆ ਕੇ ਵੀ ਫਿਰ ਗਾਲਾਂ ਉਹ ਸੰਗਤ ਨਾਲ ਜਦੋਂ ਤੁਸੀਂ ਸੰਗਤ ਨਾਲ ਜਦੋਂ ਕਰਦੇ ਹੋ ਨਾ ਤੁਸੀਂ ਜਿਵੇਂ ਕਹਿ ਲਓ ਵੀ ਜਿਹੋ ਜਿਹੀ ਸੰਗਤ ਵੈਸੀ ਰੰਗਤ ਉਹ ਫਿਰ ਉਹ ਰੰਗਤ ਹੋ ਜਾਂਦੀ ਹੈ ਬਾਈ ਨਹੀਂ ਕਮੈਂਟ ਫਿਰ ਵੀ ਕਮੈਂਟਾਂ 'ਚ ਜਿਹੜੀਆਂ ਗਾਲਾਂ ਹੁੰਦੀਆਂ ਫਿਰ ਉਹ ਮੇਰੇ ਸਬਕੋਨਸ਼ੀਅਸ ਮਾਈਂਡ 'ਚ ਕਿਤੇ ਨਾ ਕਿਤੇ ਬੈਠ ਜਾਂਦੀਆਂ ਨੇ ਤੇ ਫਿਰ ਮੈਂ ਔਨਲਾਈਨ ਬਾਈ ਹੁਣ ਦਲਜੀਤ ਨੂੰ ਵੀ ਗਾਲਾਂ ਕੱਢੀਆਂ ਨੇ ਫਿਰ ਉਹ ਸੁਲਤਾਨ ਨੂੰ ਵੀ ਕੱਢੀਆਂ ਨੇ ਬਸ ਬਾਕੀ ਸਾਰੇ ਵੀ ਲਾਈਮਲਾਈਟ 'ਚ ਜਿੰਨੇ ਵੀ ਬੰਦੇ ਨੇ ਹੁਣ ਅੱਗੇ ਅੱਗੇ ਕੱਢੂੰਗਾ ਬਾਈ ਸਾਰਿਆਂ ਨੂੰ ਕੱਢੋ ਅੱਛਾ ਜਿਹੜੇ ਬੰਦੇ ਦੀ ਚੜ੍ਹਾਈ ਹੁੰਦੀ ਉਹਨੂੰ ਤੁਸੀਂ ਮਤਲਬ ਗਾਲਾਂ ਕੱਢਣ ਲੱਗ ਜਾਂਦੇ ਹੋ ਬਾਈ ਚੜ੍ਹਾਈ ਤੁਸੀਂ ਕਿਹਨੂੰ ਕਹਿੰਦੇ ਹੋ ਬਾਈ ਇਹ ਚੜ੍ਹਾਈ ਹੈ ਵੀ ਹਾਂ ਤੁਸੀਂ ਆਪਣਾ ਨੌਲ ਪਾਲਸ਼ਣ ਲਾ ਲੈਣੀ ਆ ਘੱਗਰੇ ਪਾ ਲੈਣੇ ਇਹ ਤਾਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖਿਓ ਬਾਈ ਤੁਸੀਂ ਆਪਣੇ ਬੱਚਿਆਂ ਦਾ ਹਾਲ ਦੇਖਿਓ ਤੁਸੀਂ ਕੀ ਕਰਨਗੇ ਬੱਚੇ ਉਹ ਮੈਨੂੰ ਨਹੀਂ ਪਤਾ ਬਾਈ ਉਦੋਂ ਤੱਕ ਸ਼ਾਇਦ ਮੈਂ ਰਹਾਂ ਨਾ ਰਹਾਂ ਪਰ ਆਈ ਡੋਂਟ ਨੋ ਨਹੀਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਮਤਲਬ ਬਾਈ ਉਹ ਫੈਸ਼ਨ ਕਰਦਾ ਹੈ ਉਹਦੇ ਨਾਲ ਸਾਡਾ ਕੋਈ ਨੁਕਸਾਨ ਹੁੰਦਾ ਬਾਈ ਇੰਨੇ ਮਹਿੰਗੇ ਕੱਪੜੇ ਲੈਣ ਦੀ ਲੋੜ ਕੀ ਹੈ ਬਲੈਂਸੀਆਗਾ ਹੈ ਕਿ ਇਹ ਵੀ ਇੱਕ ਰਿਚੁਅਲ ਆ ਜਿਹੜੇ ਵੱਡੇ ਲੋਕ ਨੇ ਉਹ ਆਪਸ 'ਚ ਮਿਲ ਕੇ ਇਹ ਬ੍ਰਾਂਡ ਨੂੰ ਜਿਹੜਾ ਪ੍ਰਮੋਟ ਕਰਦੇ ਆ ਅਤੇ ਫਿਰ ਅੱਗੇ ਜਿਹੜੇ ਸਾਡੇ ਵਰਗੇ ਨੇ ਉਹ ਫਿਰ ਉਹਨਾਂ ਨੂੰ ਮਹਿੰਗੇ ਲੱਗਦੇ ਨੇ ਕੱਪੜੇ ਲੱਗਦੇ ਮਹਿੰਗੇ ਮਤਲਬ ਤੁਹਾਨੂੰ ਕੀ ਲੱਗਦਾ ਕਿ ਉਹ ਜਿਹੜੇ ਇੰਨੇ ਬੈਲੈਂਸ ਹੈਗੇ ਆ ਗੁੱਚੀ ਅਰਮਾਨੀ ਦੇ ਬਾਈ ਸ਼ੂਜ਼ ਪਾਉਂਦਾ ਕੱਪੜੇ ਪਾਉਂਦਾ ਠੀਕ ਹੈ ਉਹ ਪਾਉਣੇ ਨਹੀਂ ਚਾਹੀਦੇ ਬਾਈ ਉਹਦੇ ਨਾਲ ਯੂਥ ਸਾਡੇ ਵਰਗਾ ਮੇਰੇ ਵਰਗਾ ਤਾਂ ਮਤਲਬ ਹੋ ਜਾਂਦਾ ਉਹਦੇ ਨਾਲ ਇਫੈਕਟ ਹੁੰਦੀ ਹੈ ਚੀਜ਼ ਨਹੀਂ ਲੁਧਿਆਣੇ ਤੁਸੀਂ ਆਓ ਲੁਧਿਆਣੇ ਤੁਸੀਂ ਕਾਲਗੜ੍ਹ ਮਾਰਕੀਟ ਆਓ ਭਾਅ ਜੀ ਤੁਸੀਂ ਕਹਿੰਦਾ ਗੁੱਚੀ ਅਰਮਾਨੀ 150-150 ਦੀ ਟੀ ਸ਼ਰਟ ਆ ਲਓ ਤੁਸੀਂ ਲੈ ਆਹ ਤੁਸੀਂ ਦੇਖੋ ਆਹ ਦੇਖੋ ਕੀ ਹੈ ਬਰੁਕਸ ਬ੍ਰਦਰ ਦੀ ਬਰੁਕਸ ਬ੍ਰਦਰ 250 ਦੀ ਲਈ ਆ ਤੁਸੀਂ ਭਾਅ ਜੀ ਕਿੱਧਰ ਤੁਰੇ ਫਿਰਦੇ ਆਈ ਐਮ ਸੌਰੀ ਦਲਜੀਤ ਭਾਅ ਜੀ ਜੇ ਮੇਰੇ ਵੱਲੋਂ ਕੋਈ ਮਤਲਬ ਇੱਦਾਂ ਦੀ ਕੋਈ ਗੱਲ ਹੋ ਗਈ ਹੋਵੇ ਆਈ ਐਮ ਰੀਅਲੀ ਸੌਰੀ ਆ ਤੇ ਮਤਲਬ ਜੇ ਅਗਰ ਤੁਸੀਂ ਠੀਕ ਆ ਤੁਸੀਂ ਯੋਗਾ ਕਰਦੇ ਆ ਪਰ ਤੁਹਾਨੂੰ ਦੱਸਣ ਦੀ ਲੋੜ ਨਹੀਂ ਹੈ ਲੋਕਾਂ ਨੂੰ ਤੁਸੀਂ ਯੋਗਾ ਕਰਦੇ ਆ ਤੁਹਾਨੂੰ ਕੀ ਲੋੜ ਆ ਦੱਸਣ ਦੀ ਠੀਕ ਆ ਨਾ ਇੱਕ ਬੰਦਾ ਜਿਹੜਾ ਕਹਿ ਰਿਹਾ ਵੀ ਰੱਬ ਰੱਬ ਕਰਦਾ ਘਰੇ ਤੁਸੀਂ ਰੱਬ ਰੱਬ ਕਰਦੇ ਹੋ ਜਦੋਂ ਤੁਹਾਡਾ ਪ੍ਰੋਫੈਸ਼ਨ ਆ ਜਦੋਂ ਤੁਸੀਂ ਸਟੇਜ 'ਤੇ ਜਾਣਾ ਉਹ ਤੁਹਾਡਾ ਪ੍ਰੋਫੈਸ਼ਨ ਹੋ ਜਾਂਦਾ ਇਹ ਮੈਨੂੰ ਸਮਝ ਨਹੀਂ ਆਇਆ ਬਾਈ ਉੱਥੇ ਵੀ ਤੁਸੀਂ ਰੱਬ ਰੱਬ ਕਰੋ ਨਹੀਂ ਸੋਨੂੰ ਸਿੱਧੂ ਵਾਲੇ ਨਾਲ ਕੀ ਤੁਹਾਡਾ ਪ੍ਰੋਬਲਮ ਨਹੀਂ ਸੋਨੂੰ ਸਿੱਧੂ ਵਾਲਾ ਬਾਈ ਵੀ ਅੱਜ ਕੱਲ੍ਹ ਬਹੁਤ ਲਾਈਮਲਾਈਟ 'ਚ ਆ ਬਾਈ ਉਹਦਾ ਉਹ ਇਲੂਮੀਨਾਟੀ ਦੇ ਉਹਦੇ 'ਚ ਆ ਬਾਈ ਪ੍ਰਭਾਵ 'ਚ ਪ੍ਰਭਾਵ 'ਚ ਮੈਨੂੰ ਲੱਗਦਾ ਕਿ ਇਲੂਮੀਨਾਟੀ ਦਾ ਬੋਸ ਸੀ ਮੈਨੂੰ ਲੱਗਦਾ ਸੋਨੂੰ ਸਿੱਧੂ ਵਾਲਾ ਕਿਤੇ ਤੁਸੀਂ ਕਿਹਾ ਤੁਸੀਂ ਹੁਣ ਮੈਂ ਬਾਈ ਇੰਨਾ ਸੱਚ ਨਹੀਂ ਬੋਲਣਾ ਬਾਈ ਮੈਂ ਇੰਨਾ ਸੱਚ ਨਹੀਂ ਬੋਲਣਾ ਕਿਉਂਕਿ ਨਾ ਉਹ ਜਿਵੇਂ ਇੱਕ ਇੱਕ ਕਵਿਤਾ ਆ ਵੀ ਜਿਹੜਾ ਜੇ ਜ਼ਿਆਦਾ ਸੱਚ ਬੋਲੇਗਾ ਤਾਂ ਚੁੱਪ ਕਰ ਕੀਤਾ ਜਾਊਗਾ ਇੱਦਾਂ ਦਾ ਕਰਾ ਦਿੱਤਾ ਜਾਏਗਾ ਇਹ ਹੁਣ ਫਿਰ ਮਤਲਬ ਦੱਸੋ ਜਿਹੜਾ ਬਾਈ ਦੀ ਜਿਹੜੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਬਾਈ ਨੇ ਉਹਦੇ ਹਿਸਾਬ ਨਾਲ ਜਿਹੜਾ ਸੋਨੂੰ ਹੋਇਆ ਇਲੂਮੀਨਾਟੀ ਨਾਟੀ 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 ਛੋਟੀ ਹਾਈਟ ਵਾਲਾ ਇਲੂਮੀਨਾਟੀ ਇਲੂਮੀਨਾਟੀ ਨੇ ਕੀ ਕੀਤਾ ਪੰਜਾਬ ਸਾਰਾ ਇਹਨੇ ਪੀਤਾ ਜਦੋਂ ਵੀ ਬਲੈਂਸੀਆਗਾ ਆਇਆ
ਮਹਿੰਗਾ ਕੱਪੜਾ ਮੈਂ ਪਾਇਆ, ਹੁਣ ਤੁਸੀਂ ਦੱਸਿਆ ਬਰੁਕਸ ਬ੍ਰਦਰ ਲੁਧਿਆਣੇ ਤੋਂ ਮੈਂ ਲਿਆਉਂ 150 ਚ। ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਵਧੀਆ। ਇਹ ਇਹ ਚਲੋ ਜਿਹੜੀ ਹੱਥ ਲਿਖਦਾ ਬਾਈ, ਹੱਥ ਲਿਖ ਮੁੱਕੇ ਤੇ ਲਿਖ ਲੈਂਦੇ, ਬਿਲਕੁਲ। ਅੱਛਾ ਇਹ ਮੈਂ ਮੂੰਹ ਨਾਲ ਪੈਨਸਲ ਨਾਲ ਲਿਖਦਾ, ਮੂੰਹ ਨਾਲ ਪੈਨਸਲ, ਕਿਆ ਬਾਤ ਹੈ ਮਹਾਰਾਜ, ਇਹ ਵੀ ਕੈਟੇਗਰੀ ਹੈ ਬਈ, ਇੱਕ ਰਿਕਾਰਡ ਹੈ ਮਹਾਰਾਜ, ਇਹ ਵੀ ਇੱਕ ਵੱਖਰੇ ਵੱਖਰੇ ਹਰ ਇੱਕ ਬੰਦੇ 'ਚ, ਜਿਵੇਂ ਕਹਿੰਦੇ ਨਾ ਜੇ ਬੰਦੇ 'ਚ ਔਗਣ ਤੇ ਗੁਣ, ਮੇਰੇ ਕੋਲ ਬਾਈ ਇੰਨੀ ਸਪੀਡ ਹੈ ਨਾ, ਜਿਵੇਂ ਕਹਿ ਲਓ ਵੀ ਮੈਂ ਇੰਨਾ ਸੋਚ ਨਹੀਂ ਪਾਉਂਦਾ ਵੀ ਮਤਲਬ ਮੈਂ ਹੱਥ ਨਾਲ ਲਿਖਾਂ, ਮੈਂ ਮੂੰਹ 'ਚ ਪੈਨਸਲ ਦੇ ਕੇ ਮੈਂ ਜਦੇ ਜਿਵੇਂ ਦਿਮਾਗ 'ਚ ਥਾਟ ਆ ਮੈਂ ਲਿਖ ਦਿੰਦਾ। ਐਡੀ ਐਡੀ ਮਤਲਬ ਗੇਮ ਆ ਬਾਈ ਆਪਣੀ। ਨਹੀਂ ਜਿਹੜੇ ਜਿਵੇਂ ਸਿੰਗਰ ਕੋਈ ਗਾਉਂਦਾ ਆ ਹੈ ਨਾ ਅਤੇ ਲੋਕ ਪਿੱਛੇ ਤਾੜੀਆਂ ਮਾਰਦੇ ਆ ਗਾਉਂਦਾ, ਅਤੇ ਇਹ ਧੰਦਾ ਉਹਨਾਂ ਦਾ? ਬਿਲਕੁਲ ਬਾਈ, ਉਹ ਵੀ ਅਲੂਮੀਨਾਟੀ ਦੇ ਕਿਨੇ ਇਹਦੇ 'ਚ ਘਿਰੇ ਹੋਏ ਨੇ, ਤੁਹਾਨੂੰ ਪਤਾ ਨਹੀਂ ਬਾਈ, ਬਹੁਤ ਬੰਦੇ ਨੇ, ਬਹੁਤ ਬੰਦੇ ਨੇ। ਇਹ ਮਤਲਬ ਟੋਕਰਾ ਟੀਵੀ ਵਾਲੇ ਵੀ ਵਿੱਚ ਹੀ ਆਉਂਦੇ ਨੇ ਬਾਈ। ਹਾਂ, ਟੋਕਰਾ ਟੀਵੀ ਵਾਲੇ ਬੰਦਿਆਂ ਬਾਰੇ ਕੀ ਸੋਚਦੇ? ਟੋਕਰਾ ਟੀਵੀ ਵਾਲੇ ਬੰਦੇ ਬਾਈ ਮੈਨੂੰ ਸਮਝ ਨਹੀਂ ਆਈ ਅੱਜ ਤੱਕ ਵੀ ਇਹ ਕੀ ਇਹ ਕਰਦੇ ਨੇ, ਮੈਨੂੰ ਤਾਂ ਕਦੀ ਹਾਸਾ ਨਹੀਂ ਆਇਆ ਇਹਨਾਂ ਦੀ ਗੱਲ, ਹਾਸਾ ਨਹੀਂ ਆਇਆ ਮੈਨੂੰ, ਨਹੀਂ ਕਦੀ ਆਇਆ ਇਹਨਾਂ ਦੀ, ਪਤਾ ਨਹੀਂ ਕੀ ਕਰਦੇ ਰਹਿੰਦੇ ਨੇ ਇਹ, ਕੀ ਲੋਕਾਂ ਨੂੰ ਸ਼ੋਅ ਕੀ ਕਰਨਾ ਚਾਹੁੰਦੇ ਨੇ, ਲੋਕਾਂ ਨੂੰ ਹਸਾਉਣਾ ਚਾਹੁੰਦੇ ਨੇ, ਕਿਉਂ ਯਾਰ ਅਸੀਂ ਨਹੀਂ ਹਸਾਉਣਾ ਚਾਹੁੰਦੇ, ਅਸੀਂ ਸਟ੍ਰੈਸ 'ਚ ਰਹਿਣਾ ਚਾਹੁੰਦੇ ਹਾਂ। ਕੁਝ ਕੁਝ ਲੋਕ ਹੁੰਦੇ ਨੇ ਵੀ ਜਿਹੜੇ ਹੁਣ ਮੇਰੇ ਵਰਗੇ ਲਾ ਲਓ, ਸਾਨੂੰ ਚੁੱਪ ਰਹਿਣਾ ਪਸੰਦ ਆ, ਸਾਨੂੰ ਖਿਜਣਾ ਪਸੰਦ ਆ, ਸਾਨੂੰ ਲੜਨਾ ਪਸੰਦ ਆ, ਸਾਨੂੰ ਖਿਜਣਾ ਪਸੰਦ, ਸਾਨੂੰ ਲੜਨਾ ਪਸੰਦ ਆ, ਸਾਨੂੰ ਖਿਜਣਾ ਪਸੰਦ, ਸਾਨੂੰ ਲੜਨਾ ਪਸੰਦ ਆ। ਇਹ ਨਵੇਂ ਗਾਣੇ ਦੀ ਟਾਈਟਲ ਲਾਈਨ ਆ ਮੇਰੀ, ਇਹ ਮਤਲਬ ਇਹ ਜਲਦੀ ਯੂਟਿਊਬ 'ਤੇ, ਯੂਟਿਊਬ 'ਤੇ ਪਾਊਗੀ ਤਾਂ ਯੂਟਿਊਬ 'ਤੇ ਅਸੀਂ ਸਭ ਜਣੇ ਜਾ ਕੇ। ਨਹੀਂ ਬੈਂਡ, ਇੱਕ ਬੈਂਡ ਲੈਬ 'ਤੇ ਤੁਸੀਂ ਦੱਸਿਆ ਸੀਗਾ, ਬੈਂਡ ਲੈਬ ਇੱਕ ਐਪ ਆ ਹੈ ਨਾ, ਤੁਸੀਂ ਉਹ 'ਤੇ ਗਾਣੇ ਬਣਾ ਲੈਂਦੇ? ਮੈਂ ਬਣਾ ਲੈਂਦਾ ਭਾਅ ਜੀ, ਕੋਈ ਮਿਕਸ ਮਾਸਟਰ ਲੋੜ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ ਹੈ, ਤੁਸੀਂ ਬਣਾ, ਸਾਨੂੰ ਲੋੜ ਹੀ ਨਹੀਂ, ਸਾਨੂੰ ਮੈਂ ਆਪਣੇ ਆਪ 'ਚ ਬਾਈ ਭਰਪੂਰ ਹਾਂ, ਭਰਪੂਰ ਬਿਲਕੁਲ। ਤੁਹਾਨੂੰ ਬਸ ਇੱਕ ਲੈਪਟਾਪ ਚਾਹੀਦਾ, ਤੁਹਾਨੂੰ ਨੈੱਟ ਚਾਹੀਦਾ, ਤੁਸੀਂ ਸਟਾਰ ਹੋ, ਬਸ ਇੱਕ ਲਾਈਵ ਹੋ ਕੇ, ਬਸ ਕੰਟਰੋਵਰਸੀ। ਪਹਿਲਾਂ ਕੀ ਹੁੰਦਾ ਆਇਆ ਬਾਈ, ਕੀਤਾ ਇਹਦਾ ਦੁਬਾਰਾ ਇੱਕ ਵਾਰ, ਅੱਛਾ ਕਿਆ ਬਾਤ ਹੈ, ਇਹ ਰਿਦਮ 'ਚ ਕਰਦੇ ਤੁਸੀਂ? ਹਾਂਜੀ, ਇਹਦਾ ਇਹਦਾ ਕੋਈ ਇਹਦਾ ਚੀਜ਼ ਦਾ ਕੋਈ ਬਣਾ ਕੇ ਦਿਖਾਓ। ਨਹੀਂ ਨਹੀਂ ਕੁਛ ਬਣਾ ਕੇ ਗਾਣਾ ਗੁਣਾ ਟਾਈਪ ਗਾਣਾ ਬਣਾ ਦੇਣਾ ਭਾਅ ਜੀ। ਹਾਂਜੀ ਹਾਂਜੀ, ਪਹਿਲਾਂ ਜਿਹੜੇ ਸਿੰਗਰ ਕਰਦੇ ਸੀ ਕੰਟਰੋਵਰਸੀ, ਉਹਨਾਂ ਦੀ ਧੂਤੀ ਬੋਲਦੀ ਸੀ ਜਿਹਨੂੰ ਕਹਿੰਦੇ ਖੁੱਤੀ ਪੈ ਗਈ, ਮੇਰੀ ਹੁਣ ਖੁੱਤੀ ਪੈਣੀ ਨਹੀਂ ਪੈਣੀ ਲੂਮੀ ਨਾਟੀ ਦੇ ਮਗਰ ਲੱਗ ਕੇ ਮੈਂ ਵੀ ਪਾਉਣੀ ਖੁੱਤੀ ਕਹਿੰਦੇ ਲੁਕੀ। ਕਿਆ ਬਾਤ ਹੈ ਮਹਾਰਾਜ, ਇਹ ਮਤਲਬ ਇਹ ਜਿਹੜਾ ਤੁਸੀਂ ਹਿਪ ਹੋਪ ਆ, ਮੈਨੂੰ ਲੱਗਦਾ ਯੈਸ ਇਹ ਹਿਪ ਹੋਪ ਆ, ਮੂੰਹ ਨਾ ਕਿੱਦਾਂ, ਹਾਂ ਕਿਆ ਬਾਤ ਹੈ ਮਹਾਰਾਜ, ਗੁਣ ਤਾਂ ਸਮ ਹੁੰਦਾ ਨਾ ਜੀ, ਸਮ ਹੁੰਦਾ ਜਿਵੇਂ ਦਾਗ ਨਾ ਤਿੰਨਾ ਕਿਦੇ ਨਾ ਦਾਗ ਦਾਗ ਨਾ ਕਿਦੇ ਨਾ, ਹਾਂ ਕਿਆ ਬਾਤ ਹੈ, ਤਿੰਨਾ ਤਕੜਤਾ ਦਾ ਨਾ ਪ੍ਰੋਗਰਾਮ ਤੋਂ ਬਾਅਦ ਮਿਲਦਾ, ਦੈਟਸ ਮਾਈ, ਇਹ ਤੁਹਾਡਾ ਇਹ, ਫਿਰ ਮੈਂ ਕਿਉਂਕਿ ਮੈਂ ਕਿਸੇ ਦਾ ਲੈਣਾ ਨਹੀਂ ਚਾਹੁੰਦਾ, ਮੈਂ ਆਪਣਾ ਬਣਾ ਲੈਂਦਾ, ਆਪਣਾ ਬਣਾ ਲੈਂਦੇ ਆ। ਅੱਛਾ ਦੈਟਸ ਮੀ, ਇਹ ਮੈਂ ਹੁਣ ਮੈਨੂੰ ਨਾ ਮੈਂ ਦਰਅਸਲ ਦੇ ਵਿੱਚ ਮੈਂ ਸ਼ੋਸ਼ੇ 'ਚ ਪੈ ਗਿਆ ਕਿ ਮੈਂ ਮਤਲਬ ਬਾਈ ਅੱਜ ਤੁਸੀਂ ਕੋਈ ਗੱਲ ਨਾ, ਕੋਈ ਉਦਾਂ ਦੀ ਗੱਲ ਨਾ ਕਰੋ, ਤੁਸੀਂ ਲੂਮੀਨਾਟੀ ਨੂੰ ਲਾਓ ਯਾਰ, ਲੂਮੀਨਾਟੀ ਨਾਲ ਵਿਊ ਆਉਣਾ, ਮੇਰੀ ਗੱਲ ਨਾ ਸੁਣੋ, ਸਮਝਿਆ ਕਰੋ। ਅੱਛਾ ਅੱਛਾ ਅੱਛਾ, ਨਹੀਂ ਮੈਂ ਉਹੀ ਦਿਮਾਗ 'ਚ ਆ ਰਿਹਾ ਕਿ ਤੁਹਾਡੀ ਜਿਹੜੀ ਕੰਟਰੋਵਰਸੀ ਆ ਦਲਜੀਤ ਬਾਈ ਦੇ ਨਾਲ ਕਿ ਸੋਨੂ ਸੀਤੋ ਵਾਲੇ ਦੇ ਨਾਲ, ਬਾਈ ਮੈਨੂੰ ਮੈਨੂੰ ਬਾਈ ਮੇਰੀ ਦੋਹਾਂ ਨਾਲ ਦੋਹਾਂ, ਪਰ ਮੈਂ ਐਡਮਾਇਰ ਜਿਹੜਾ ਆ ਮੈਂ ਕਰਦਾ ਰਿਹਾ ਹੁਣ ਤੱਕ ਸੋਨੂ ਬਾਈ ਨੂੰ ਕਰਦਾ ਰਿਹਾ, ਮੈਨੂੰ ਉਮੀਦ ਨਹੀਂ ਸੀ ਬਾਈ ਕਿ ਨਾ ਜਾ ਮੇਰਾ ਸਾਥ ਛੱਡ ਦੂਗਾ। ਸੋ ਦੈਟਸ ਵੈਰੀ ਹਰਟਿੰਗ, ਯੂ ਨੋ ਦੈਟ ਦੈਟ ਅਫੈਕਟਸ ਮੀ ਦੀਪ, ਦੈਟ ਵਾਸ ਅ ਪੇਨ ਇਨ, ਬਸ ਆਪੇ ਲਾ ਲਓ, ਓਕੇ ਗਮੇ ਗਮ। ਅੱਛਾ ਬਾਈ ਜੀ, ਗਲੀ ਤੇਰੀ ਵਿੱਚ ਘੇਰ ਲਿਆ ਸਲਪੈਂਡਰ ਯਾਰਾਂ ਦਾ ਜਿਹੜਾ ਗਾਣਾ ਸੀਗਾ ਬਾਈ, ਉਹ ਤੁਸੀਂ ਹੁਣ ਮੰਨਣਾ ਨੀਗਾ, ਮੈਂ ਉਹ ਗਾਣਾ ਮੇਰੇ ਕੋਲ ਸੀਗਾ, ਮੈਂ ਕਿਹਾ ਬਾਈ ਤੂੰ ਛੱਡ ਦੇ ਸਾਰੀਆਂ ਗੱਲਾਂ, ਤੂੰ ਗਾਣਾ ਲੈ ਲਾ, ਤੂੰ ਮੈਨੂੰ ਜੱਫੀ ਪਾ ਕੇ ਕਹਿ ਦੇ ਵੀ ਹਾਂ ਅੱਜ ਤੋਂ ਆਪਾਂ ਇੱਕੋ ਹਾਂ, ਮੈਂ ਸਾਰੀਆਂ ਗੱਲਾਂ ਭੁੱਲ ਜੂੰਗਾ।
ਸੋਨੂ ਬਾਈ ਨੂੰ ਮੈਂ ਕਿਹਾ ਤੂੰ ਮੈਥੋਂ ਗਾਣਾ ਲੈ ਲਾ, ਮੈਨੂੰ ਹੁਣ ਉਹਦੀ ਵਰਥ ਚਾਹੀਦੀ ਹੈ। ਨਹੀਂ ਤੁਸੀਂ ਉਦੋਂ ਮੌਕੇ ਤੇ ਕਹਿਣਾ ਸੀ ਨਾ, ਮੌਕੇ ਤੇ ਮੈਂ ਕਿਹਾ ਉਹਨਾਂ ਨੂੰ ਠੀਕ 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 ਠੀਕ, ਪਰ ਉਹ ਮੈਨੂੰ ਕਹਿੰਦੇ ਤੂੰ ਰੈਪ ਕਰੇਗਾ, ਰੈਪ ਕਰੇਗਾ ਗਾਣੇ ਦੇ ਵਿੱਚ, ਫਿਰ ਰੈਪ ਦਾ ਮੌਕਾ ਵੀ ਨਹੀਂ ਦਿੱਤਾ, ਗਾਣੇ 'ਚ ਰੈਪ ਹੀ ਨਹੀਂ ਹੈਗਾ ਗਾਣੇ ਦੇ ਵਿੱਚ, ਗਾਣੇ ਦੇ ਵਿੱਚ ਰਿਦਮ ਦੇ ਵਿੱਚ ਉਹ ਗਾਣੇ ਦੇ ਵਿੱਚ ਤੁਸੀਂ ਤੁਸੀਂ ਇਹ ਦੇਖੋਗੇ ਬੋਲ ਵੀ ਨਹੀਂ ਹੈਗੇ, ਬੋਲ ਵੀ ਨਹੀਂ ਹੈਗੇ। ਇਹ ਅਲੂਮੀਨਾਟੀ ਦਾ, ਸਾਰਾ ਅਲੂਮੀਨਾਟੀ ਦਾ ਪ੍ਰਭਾਵ ਹੈ ਜੀ, ਪ੍ਰਭਾਵ ਨਾਲ ਚੱਲਿਆ ਅਲੂਮੀਨਾਟੀ ਕਰਕੇ, ਜਿਹੜਾ ਉਹਨਾਂ ਦਾ ਜਿਹੜਾ ਉਹ ਜਿਹੜਾ ਤੁਸੀਂ ਕਹਿੰਦੇ ਉਹਨਾਂ ਦਾ ਸਾਈਨ ਆ, ਫਿਰ ਦਰਸ਼ਕਾਂ ਨੂੰ ਇੱਕ ਵਾਰ ਕੋਈ ਪਤਾ ਲੱਗਣਾ ਚਾਹੀਦਾ। ਮੈਂ ਬਾਈ ਉਹਨਾਂ ਵਾਲਾ ਨਹੀਂ ਬਣਾਉਂਦਾ, ਮੈਂ ਅੱਖ ਬੰਦ ਕਰਕੇ ਬਣਾਉਣਾ, ਉਹ ਉਹਦਾ ਅੱਖ ਖੁੱਲੀ ਹੈ, ਉਹਦੀ ਅੱਖ ਖੁੱਲੀ ਹੈ। ਮੈਂ ਕਿਹਾ ਨਾ ਮੈਂ ਕਿਸੇ ਦਾ ਨਹੀਂ ਬਾਈ, ਮੈਂ ਬੋਰੋ ਨਹੀਂ ਕਰਦਾ, ਮੈਂ ਆਪਣਾ ਰੱਖ ਲੈਂਦਾ। ਮਤਲਬ ਇਹ ਜਿਹੜਾ ਇਲੂਮੀਨਾਟੀ, ਜਿਹੜਾ ਕੀ ਕਹਿੰਦੇ ਤੁਸੀਂ ਅਲੂਮੀਨਾਟੀ, ਇਲੂਮੀਨਾਟੀ ਜਿਹੜੀ ਇਹ 'ਚ ਦਾਖਲਾ ਦੁਖਲਾ ਹੁੰਦਾ? ਅਲੂਮੀਨਾਟੀ ਭਾਅ ਜੀ ਛੋਟੀ ਜਿਹੀ ਹਾਈਟ ਦਾ ਇੱਕ ਬੰਦਾ ਆ। ਅੱਛਾ, ਉਹਨੂੰ ਨਾਟੀ ਹਾਈਟ ਵਾਲਾ ਕਹਿੰਦੇ, ਨਾਟੀ ਜਿਵੇਂ ਕਹਿ ਲਓ ਵੀ ਛੋਟੀ ਛੋਟੀ ਹਾਈਟ ਵਾਲਾ ਕਹਿੰਦੇ, ਉਹ 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 ਹੈ ਜੀ ਇਹ। ਤੁਸੀਂ ਜਾ ਕੇ ਆਪਣਾ ਸਰਚ ਕਰੋਗੇ ਗੂਗਲ 'ਤੇ ਜਾ ਕੇ, ਤੁਹਾਨੂੰ ਸਾਰਾ ਪਤਾ ਲੱਗ ਜੂਗਾ, ਸਾਰਾ ਪਤਾ ਲੱਗ ਜੂਗਾ। ਤੁਸੀਂ ਕਿੱਥੇ ਮਾਰਿਆ ਸੱਚ? ਮੈਂ ਸਫਾਰੀ 'ਤੇ ਮਾਰਿਆ ਭਾਅ ਜੀ। ਮਤਲਬ ਨੈੱਟ 'ਤੇ ਮਾਰਿਆ? ਹਾਂਜੀ ਨੈੱਟ 'ਤੇ ਹੀ ਮਾਰਿਆ ਮੈਂ। ਮੈਂ ਤੁਹਾਨੂੰ ਕਿਹਾ ਮੈਂ ਕਿਸੇ ਦਾ ਲੈਂਦਾ ਨਹੀਂ ਗਾ, ਮੈਂ ਕਿਸੇ ਦਾ ਬੋਰੋ ਨਹੀਂ ਕਰਦਾ ਆਈਡੀਆ, ਮੇਰੇ ਆਈਡੀਆਜ਼ ਆਪਣੇ ਨੇ, ਆਪਣੇ ਨੇ ਆਈਡੀਆਜ਼ ਆਪਣੇ ਨੇ, ਆਈਡੀਆਜ਼ ਆਪਣੇ ਨੇ, ਇਲੂਮੀਨਾਟੀ ਆਪਣੀ ਨਹੀਂ, ਆਪਣੀ ਨਹੀਂ, ਇਲੂਮੀਨਾਟੀ ਆਪਣੀ ਨਹੀਂ, ਨੂਮੀਨਾਟੀ ਆਪਣੀ ਨਹੀਂ। ਕਿਆ ਬਾਤ ਹੈ ਤੁਹਾਡੀ ਭਾਅ ਜੀ, ਜਿਹੜਾ ਰੈਪ ਦਾ ਸਟਾਈਲ ਆ ਜਿਹੜਾ ਨਾ, ਮੈਨੂੰ ਬਹੁਤ ਚੰਗਾ ਲੱਗਦਾ। ਦੈਟਸ ਮੀ। ਅੱਛਾ, ਹੋਰ ਕਿਹੜੇ ਬੰਦੇ ਨਾਲ ਤੁਸੀਂ ਕੰਟਰੋਵਰਸੀ ਭਾਲਦੇ ਹੋ? ਕੀ ਨਾ, ਉਹ ਲਾਈਨ ਅਪ ਦੇ ਵਿੱਚ ਬਹੁਤ ਨੇ ਬਾਈ ਜੀ, ਬਾਦਸ਼ਾਹ ਯੋਜੋ, ਹਨੀ ਸਿੰਘ ਅਤੇ ਮਤਲਬ ਰਫਤਾਰ ਬਹੁਤ ਨੇ ਬਾਈ, ਹਲੇ ਬਸ ਉਹਨਾਂ ਨੂੰ ਗਾਣੇ ਕੱਢਣ ਦਾ ਦਿਓ, ਤੁਸੀਂ ਗੇਮ ਦੇਖੋ ਕਿਵੇਂ ਪੈਂਦੀ ਉਹਨਾਂ ਦੀ। ਅਲੂਮੀਨਾਟੀ 'ਚ ਇਹੋ ਜਿਹਾ ਘੇਰੂੰਗਾ ਨਾ ਉਹਨਾਂ ਨੂੰ, ਪਤਾ ਲੱਗ ਜੂਗਾ ਇਹਨਾਂ ਨੂੰ ਕਿਹਦੇ ਨਾਲ ਵਾਹ ਪਿਆ ਆ। ਟੋਕਰਾ ਟੀਵੀ ਦੇਖਦੇ ਸੀ? ਟੋਕਰਾ ਟੀਵੀ ਬਾਈ ਬਹੁਤ ਇੱਥੋਂ ਕਨੇਡਾ ਤੋਂ ਤੁਹਾਨੂੰ ਸਪੋਰਟ ਕਰਦਾ ਸੀ ਮੈਂ, ਪਰ ਤੁਸੀਂ ਆਈ ਡੋਂਟ ਗਿਵ ਅ ਸ਼ਿਟ ਬ੍ਰੋ। ਮੈਂ ਮੈਨੂੰ ਇਹ ਕਹਿਣ ਦੇ ਵਿੱਚ ਮੈਨੂੰ ਇਹ ਉਹ ਨਹੀਂ ਵੀ ਤੁਹਾਡਾ ਫੈਨ ਆ, ਮੈਂ ਫੈਨ ਸੀ ਮੈਂ। ਹੁਣ ਫਿਰ ਹੁਣ ਠੀਕ ਆ, ਹੁਣ ਬਲੌਕ ਕੀਤਾ ਤੁਹਾਨੂੰ, ਤੁਸੀਂ ਜਾ ਕੇ ਵੇਖੋ ਮੈਨੂੰ, ਮੈਂ ਹਰਜੀਤ ਕਾਕਾ ਮੈਂ ਬਲੌਕ ਕੀਤਾ ਹੋਇਆ। ਨਹੀਂ ਤੁਸੀਂ ਬਾਈ ਜੀ, ਮੈਂ ਉਹੀ ਤਾਂ ਗੱਲ ਕਰਦਾ, ਤੁਹਾਡਾ ਮੈਸੇਜ ਆਇਆ ਮੈਨੂੰ, ਆਰ ਯੂ ਮੈਡ ਬ੍ਰੋ? ਨਹੀਂ ਤੁਹਾਡਾ ਮੈਨੂੰ ਮੈਸੇਜ ਆਇਆ, ਮੈਨੂੰ ਯੂ ਸਪੀਕ ਇਨ ਇੰਗਲਿਸ਼। ਮੈਂ ਤੁਹਾਨੂੰ ਇਹ ਵੀ ਗੱਲ ਕਹੀ ਸੀ ਵੀ ਪੰਜਾਬੀ 'ਚ ਮੈਨੂੰ ਪੰਜਾਬੀ ਨਹੀਂ ਸਮਝ ਆਉਂਦੀ, ਯੂ ਸਪੀਕ ਇਨ ਇੰਗਲਿਸ਼ ਬ੍ਰੋ ਹਰਜੀਤ ਕਾਕਾ, ਯੂ ਡੋਂਟ ਨੋ ਯੂ ਹਾਊ ਟੂ ਸਪੀਕ ਇਨ ਇੰਗਲਿਸ਼, ਈਵਨ ਆਈ ਡੋਂਟ ਨੋ ਹਾਊ ਟੂ ਸਪੀਕ ਇਨ ਇੰਗਲਿਸ਼, ਆਈ ਨੋ ਸਮ ਆਫ ਵਰਡਸ, ਦੈਟਸ ਇਟ। ਉਸ ਤੋਂ ਬਾਅਦ ਮੈਂ ਪੰਜਾਬੀ ਸ਼ੁਰੂ ਹੋ ਜਾਂਦਾ। ਮਤਲਬ ਇਹ ਜਿਵੇਂ ਕਹਿੰਦੇ ਨੇ ਇਹ ਐਪਲੀਕੇਸ਼ਨ ਰੱਟਾ ਲਾਇਆ ਹੋਇਆ, India is my country, all Indians are brother and sisters. ਨਹੀਂ ਹੱਥ ਵੀ ਇਦਾਂ ਕਰਦੇ ਹੁੰਦੇ ਸੀ ਨਾ, India is my country, all brother and sisters, I love my country. ਇਹ ਮਤਲਬ ਤੁਸੀਂ ਸਵੇਰੇ ਡੇਲੀ ਕਰਦੇ? Yes. ਅੱਛਾ, ਜਿਵੇਂ ਤੁਸੀਂ ਮੈਨੂੰ ਬਲੌਕ ਕੀਤਾ ਹੋਇਆ, ਤੁਸੀਂ ਉਹਦੇ ਵਿੱਚ ਮੈਨੂੰ ਆਡੀਓ ਵੀ ਭੇਜੀ ਸੀ ਕਿ ਐਂ ਕਰਕੇ, ਆਈ ਨੋ ਮੈਂ ਕਨਫੈਸ ਕਰਦਾ ਬਾਈ, ਉਹ ਮੈਂ ਗਾਣਾ ਭੇਜੀਆਂ ਸੀ, ਮੈਨੂੰ ਇਹ ਸੀ ਤੁਸੀਂ ਵਾਇਰਲ ਕਰੋਗੇ ਉਹਨੂੰ, ਤੇ ਫਿਰ ਉਹਦੇ ਨਾਲ ਫਿਰ ਗੇਮ ਪਊਗੀ ਕੋਈ ਨਾ ਕੋਈ ਕੰਟਰੋਵਰਸ਼ਲ। ਮਤਲਬ ਤੁਸੀਂ ਮੈਨੂੰ ਗਾਣਾ ਕੱਢੀਆਂ ਸੀ ਤੇ ਮੈਂ ਉਹਦੀ ਵੀਡੀਓ ਬਣਾਵਾਂਗਾ ਕਿ ਆ ਦੇਖੋ ਮੈਨੂੰ ਗਾਣਾ ਕੱਢੀਆਂ ਨੇ, ਪਰ ਤੁਸੀਂ ਇਹ ਜਿਹਾ ਕੁਝ ਨਹੀਂ ਕੀਤਾ ਬਾਈ, ਉਹੀ ਤਾਂ ਗੱਲ ਨਾ, ਤੁਸੀਂ ਚਲੋ ਠੀਕ ਆ ਅਲੂਮੀਨਾਟੀ ਦੇ ਪ੍ਰਭਾਵ 'ਚ ਹੋਵੋਗੇ ਉਸ ਟਾਈਮ, ਮੈਂ ਮੰਨਦਾ ਤੁਹਾਡੀ ਗੱਲ, ਤੁਸੀਂ ਅਲੂਮੀਨਾਟੀ ਹੋ। ਨਹੀਂ ਨਹੀਂ, ਸਾਨੂੰ ਇਹ ਸੀਗਾ ਨਾ, ਤੁਸੀਂ ਉਹਦੇ ਵਿੱਚ ਬੜੀ ਸੋਹਣੀ ਗੱਲ ਕਹੀ ਸੀ, ਮੈਨੂੰ ਚੰਗੀ ਲੱਗੀ ਕਿ ਤੁਸੀਂ ਆਪਣੇ ਕੀਤਾ ਕੀ ਤੁਸੀਂ, ਅਤੇ ਮੈਂ ਬਾਈ ਨੂੰ ਦੁਬਾਰੇ ਵੀ ਬੇਨਤੀ ਕਰਦਾ ਹਾਂ, ਬਾਈ ਤੁਹਾਨੂੰ ਮੈਂ ਦੁਬਾਰੇ ਬੇਨਤੀ ਕਰਦਾ, ਮੈਨੂੰ ਅਨਬਲੌਕ ਕਰਕੇ ਮੇਰਾ ਨੰਬਰ, ਮੈਂ ਤੁਹਾਨੂੰ ਨੰਬਰ ਵੀ ਭੇਜਿਆ ਸੀ ਆਪਣਾ, ਜਾਂ ਆਪਣਾ ਨੰਬਰ ਦੇ ਬਾਈ, ਹੁਣੇ ਹੁਣੇ ਅਨਬਲੌਕ ਕਰਕੇ, ਕੱਲ ਤਾਂ ਹੁਣੇ ਲਓ ਮੈਂ ਚੱਲਦੀ ਇੰਟਰਵਿਊ ਦੇ ਵਿੱਚ, ਚੱਲਦੀ ਇੰਟਰਵਿਊ ਦੇ ਵਿੱਚ ਸਾਰਿਆਂ ਦੇ ਸਾਹਮਣੇ ਕਹਿਣਾ ਮੈਂ ਨਹੀਂ ਕਰਦਾ ਅਨਬਲੌਕ।
ਤੁਸੀਂ ਦੇਖ ਲਓ ਬਾਈ ਜੀ, ਬਾਈ ਹੁਣਾਂ ਨੇ ਮੈਨੂੰ ਬਲੌਕ ਮਾਰਿਆ ਹੋਇਆ। ਮੈਂ ਕਿਹਾ ਗੱਲ ਕਰਦੇ ਹਾਂ, ਜੇ ਤੁਹਾਨੂੰ ਕੋਈ ਇਸ਼ੂ ਆਪਾਂ ਗੱਲ ਕਰਦੇ। ਬਾਈ ਕਹਿੰਦਾ ਨਹੀਂ, ਅਨਬਲੌਕ ਨਹੀਂ ਕਰਨਾ, ਬਲੌਕ ਮਾਰਿਆ ਹੋਇਆ। ਪਤਾ ਨਹੀਂ ਕਿਉਂ ਕਿਸ ਗੱਲੋਂ ਡਰਦਾ ਬਾਈ। ਬਾਈ ਮੈਂ ਕਾਲਿਆਂ ਦਾ ਫੈਨ ਹਾਂ। ਕਾਲਿਆਂ ਦਾ ਫੈਨ? ਉਹ ਕਾਲਿਆਂ ਦੇ ਕਿਹੜੀ ਚੀਜ਼ ਦੇ ਫੈਨ ਹੋ? ਮੈਂ ਬਾਈ ਉਹ ਸੋਲ ਵੇਚਦੇ ਨੇ ਆਪਣੀ। ਸੋਲ ਵੇਚਦੇ? ਮੈਨੂੰ ਪੰਜਾਬ ਬਾਰੇ ਇੰਨਾ ਮੈਂ ਨਹੀਂ ਕਹਿੰਦਾ ਵੀ ਪੰਜਾਬ ਬਾਰੇ ਮੈਨੂੰ ਬਹੁਤਾ ਪਤਾ ਹੈ। ਮੈਨੂੰ ਜਿੱਦਾਂ ਦੀ ਮੈਂ ਅਪਬ੍ਰਿੰਗਿੰਗ ਹੋਈ ਹੈ, ਜਿਵੇਂ ਜਿਵੇਂ ਮੈਂ ਵੱਡਾ ਹੋਇਆ, ਪੰਜਾਬ ਸਾਡੇ ਨਾਲ ਹੀ ਆ। ਹਰੇਕ ਪੰਜਾਬੀ ਦੇ ਨਾਲ ਹੀ ਹੁੰਦਾ, ਜਿਵੇਂ ਜਿਵੇਂ ਉਹ ਅਗਲਾ ਵੱਡਾ ਹੁੰਦਾ ਪੰਜਾਬੀ ਨਾਲ ਹੀ ਰਹਿੰਦੀ ਹੈ। ਸੋ ਦੈਟਸ ਮੀ। ਨਹੀਂ ਹੁਣ ਸੋਨੂ ਨੂੰ ਲਾਂਭਾ ਦੇਈਏ ਕਿ ਦਲਜੀਤ ਬਾਈ ਨੂੰ ਲਾਂਭਾ ਦੇਈਏ? ਤੁਸੀਂ ਬਸ ਜਿਹੜਾ ਜਿਹੜਾ ਵਾਰੀ ਸਰ, ਹੁਣ ਤਾਂ ਤੁਸੀਂ ਹਨੇਰੀਆਂ ਠਾ ਦੂੰਗਾ ਮੈਂ, ਤੁਸੀਂ ਦੇਖੀ ਜਾਇਓ। ਤੁਸੀਂ ਲੂਮੀਨਾਟੀ ਨੂੰ ਮੈਂ ਮਤਲਬ ਇਕੱਲੇ ਇਕੱਲੇ ਬੱਚੇ ਦੇ ਦਿਮਾਗ ਦੇ ਵਿੱਚ ਜਦ ਤੱਕ ਬੈਠ ਨਹੀਂ ਜਾਂਦੀ ਗੱਲ, ਉਹ ਤੱਕ ਬਾਈ ਮੈਂ ਨਹੀਂ ਰੁਕਦਾ। ਅੱਛਾ, ਬਾਈ ਦਾ ਵਿਰੋਧ ਵੀ ਤੁਸੀਂ ਕਰਦੇ? ਕਾਫੀ ਕੰਸਰਟ ਜਿਹੜੇ ਹੁੰਦੇ ਆ ਤੁਹਾਡੇ ਕੈਨੇਡਾ ਦੇ ਵਿੱਚ, ਸਰੀ ਦੇ ਵਿੱਚ, ਤੁਸੀਂ ਉੱਥੇ ਜਾਂਦੇ ਵੀ? ਬਾਈ ਮੈਂ ਉੱਥੇ ਗਿਆ ਨਹੀਂ ਗਾ। ਪਹਿਲੀ ਗੱਲ ਤਾਂ ਮੈਨੂੰ ਲਿਜਾਇਆ ਗਿਆ। ਲਿਜਾਇਆ ਗਿਆ? ਮੇਰੀ ਗੱਡੀ ਦਾ ਗੇਅਰ ਪੈ ਗਿਆ। ਮੈਂ ਮਤਲਬ ਬਸ ਲਿਜਾਇਆ ਗਿਆ ਮੈਨੂੰ, ਮਤਲਬ ਗੱਡੀ ਦਾ ਗੇਅਰ ਪੈ ਗਿਆ, ਗੇ ਹੱਥ ਨੇ ਹੱਥ ਚਲੇ ਗਏ, ਪੈਰ ਚਲੇ ਗਏ। ਬਸ ਉਹ ਰੋਡ ਹੀ ਇਸ ਤਰ੍ਹਾਂ ਦੀ ਸੀ ਬਾਈ ਵੀ ਉਹ ਕੌਂਸਲਟ ਦੇ ਮਤਲਬ ਨੈਵੀਗੇਸ਼ਨ ਉੱਥੇ ਦੇ ਲੱਗ ਗਈ। ਪਤਾ ਨਹੀਂ ਉਹ ਮਤਲਬ ਉਹ ਲੂਮੀਨਾਟੀ ਦਾ ਪ੍ਰਭਾਵ ਸੀ ਮੇਰੇ 'ਤੇ ਉਦੋਂ, ਅਤੇ ਮੈਨੂੰ ਮੈਨੂੰ ਲੈ ਕੇ ਗਿਆ ਕੋਈ। ਬਸ ਕੋਈ ਕੋਈ ਸਾਇਆ ਸੀ ਇਹੋ ਜਿਹਾ ਬਾਈ, ਉਹ ਕੋਈ ਲੈ ਕੇ ਗਿਆ ਮੈਨੂੰ, ਲੈ ਕੇ ਗਿਆ। ਅਤੇ ਬਾਈ ਇੰਨੀ ਇੰਨੀ ਚੌੜ ਯਾਰ ਬੰਦੇ 'ਚ, ਮੈਂ ਬਾਈ ਦਾ ਰਿਸਪੈਕਟ ਕਰਦਾ ਬਾਈ, ਇੱਥੋਂ ਆਈ ਡੀ ਤੋਂ ਹੀ ਮਤਲਬ ਮੱਥਾ ਟੇਕਦਾ। ਪਰ ਗੱਲ ਇਹ ਆ ਬਾਈ, ਤੇਰੀ ਚੌੜ ਬਹੁਤ ਆ ਯਾਰ। ਨਹੀਂ ਬਾਈ, ਬਾਈ ਦੀ ਆਵਾਜ਼ ਕਿੱਦਾਂ ਲੱਗਦੀ ਹੈ? ਆਵਾਜ਼ ਤਾਂ ਬਾਈ ਬਹੁਤ ਘੈਂਟ ਆ ਬਾਈ ਦੀ ਆਵਾਜ਼, ਬਹੁਤ ਸਿਰਾ ਆਪਾਂ ਕਹਿ ਲਈਏ ਵੀ ਨੈਕਸਟ ਲੈਵਲ ਆ ਬਾਈ ਦਾ ਐਕਸਪੀਰੀਅੰਸ ਆ। ਇੰਨਾ ਬੜਾ ਆ ਉਹ ਸਾਡੇ ਤੋਂ, ਮਤਲਬ ਕਹਿ ਲਓ ਵੀ ਉਹ ਜੇ ਉਹਨਾਂ ਦਾ ਟਾਈਮ ਸਿਰ ਵਿਆਹ ਹੋਇਆ ਹੁੰਦਾ, ਮੇਰੇ ਹਾਣ ਦਾ ਮੁੰਡਾ ਹੁੰਦਾ ਉਹਨਾਂ ਦੇ, ਮੈਂ ਇਸ ਗੱਲ ਨੂੰ ਮੈਂ ਡਿਨਾਈ ਨਹੀਂ ਕਰਦਾ। ਪਰ ਇੰਨਾ ਇੱਕ ਨੰਬਰ ਦਾ ਯਾਰ ਘਟੀਆ ਬੰਦਾ ਬਾਈ। ਕਿਉਂ ਘਟੀਆ? ਕਿਉਂ ਬਾਈ ਯਾਰ ਐਡਾ ਐਟੀਟਿਊਡ ਯਾਰ, ਮੈਂ ਕੌਂਸਲਟ ਦੇ ਵਿੱਚ ਖੜਾ ਬਾਈ ਪਿੱਛੇ। ਬਾਈ ਤੂੰ ਤੂੰ ਇੱਕ ਵਾਰ ਤਾਂ ਦੇਖ ਯਾਰ ਬਾਈ, ਮੇਰੇ 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 ਵੱਲ ਨਿਗਾਹ ਤਾਂ ਮਾਰ ਵੀ ਗਰੀਬ ਗਰੀਬ ਖੜਾ, ਇੱਕ ਗਰੀਬ ਬੰਦਾ ਖੜਾ ਯਾਰ, ਤੁਸੀਂ ਨਿਗਾਹ ਤਾਂ ਮਾਰ ਸਕਦੇ ਹੋ ਯਾਰ। ਤਾੜੀਆਂ ਮਾਰੀਆਂ ਤੁਸੀਂ? ਮੈਂ ਤਾੜੀਆਂ ਮਾਰੀਆਂ ਬਾਈ, ਐਡੇ ਐਡੇ ਤਾੜੀਆਂ ਆਟਣ ਪਏ ਪਏ ਨੇ ਦੇਖ। ਰੋਟੀ ਆਪਾਂ ਘਰੇ ਆਪ ਹੀ ਪਕਾਉਣੇ ਆ ਬਾਈ, ਉੱਥੇ ਹੋ ਜਾਂਦਾ, ਕੈਨੇਡਾ ਦੇ ਵਿੱਚ ਆਪ ਹੀ ਪਕਾਉਣੀ ਪੈਂਦੀ ਆ ਬਾਈ, ਆਪ ਹੀ ਪਕਾਉਣੀ ਪੈਂਦੀ ਆ। ਕੋਈ ਐਡਾ ਉੱਥੇ ਆਉਂਦਾ ਨਹੀਂ, ਕੋਈ ਮਾਵਾਂ ਨਹੀਂ ਹੈਗੀਆਂ ਉੱਥੇ। ਰੋਟੀ ਖਾਧੀ ਕਿ ਨਹੀਂ? ਇਕੱਲੀ ਮਾਂ ਪੁੱਛਦੀ, ਕਹਿੰਦੇ ਡਾਲਰ ਕਮਾਉਣਾ, ਬਾਕੀ ਸਾਰੇ ਪੁੱਛਦੇ। ਸੋ ਦੈਟਸ ਆਲ ਅਬਾਊਟ ਡਾਲਰ ਬ੍ਰਦਰ। ਤੁਸੀਂ ਤੁਸੀਂ ਜਿਹੜਾ ਡਾਲਰ ਕਮਾਉਂਦੇ ਹੋ ਨਾ, ਉਹ ਕਿਤੇ ਨਾ ਕਿਤੇ ਚੁੱਭਦਾ ਬਾਈ, ਚੁੱਭਦਾ ਚੁੱਭਦਾ। ਤੁਸੀਂ ਮੈਂ ਥੱਲੇ ਖੜਾ ਯਾਰ, ਤਾੜੀਆਂ ਮਾਰ ਰਿਹਾ ਐਡੀ ਉੱਚੀ ਉੱਚੀ ਆਵਾਜ਼ਾਂ, ਇੱਕ ਵਾਰ ਵੀ ਬੰਦੇ ਨੇ ਨਹੀਂ ਸੁਣੀ ਮੇਰੀ, ਇੱਕ ਵਾਰ ਵੀ ਬੰਦੇ ਨੇ, ਦਲਜੀਤ ਨੇ ਮੈਨੂੰ ਇੱਕ ਵਾਰ ਵੀ ਕਿਹਾ ਹੋਵੇ ਨਾ ਸੁਣ ਲਿਆ, ਬਸ ਕਰ ਤਾੜੀਆਂ ਬਸ ਕਰ, ਮੈਂ ਤਾਂ ਕਮਲਿਆਂ ਵਾਂਗੂ ਮੇਰੇ ਤਾਂ ਛਾਲੇ ਪੈ ਗਏ। ਤਾੜੀਆਂ ਮਾਰ ਮਾਰ ਉਸ ਬੰਦੇ ਨੇ ਮੇਰੀ ਇੱਕ ਨਹੀਂ ਸੁਣੀ ਬਾਈ, ਇੰਨੀ ਤਾੜੀ ਮਾਰਤੀ। ਦੈਟਸ ਵੈਰੀ ਰੂਡ ਬ੍ਰੋ। ਕਿੰਨੀ ਤਾੜੀ ਮਾਰ ਕੇ ਨਹੀਂ ਦੀ ਗਿਣਤੀ 'ਚ? ਗਿਣਤੀ 'ਚ ਤੁਸੀਂ ਲਾ ਲਓ ਵੀ 2000 ਤੋਂ ਉੱਪਰ ਤਾੜੀ ਵੱਜ ਗਈ, 2000 ਤੋਂ ਉੱਪਰ ਤਾੜੀ ਵੱਜ ਗਈ। ਕਦਰ ਇੱਕ ਨਹੀਂ ਪੈਸੇ, ਕਦਰ ਇੱਕ ਨਹੀਂ ਪਈ ਬਾਈ, ਇੱਕ ਨਹੀਂ ਪਈ। ਟਿਕਟ ਵੀ ਆਪਣੀ ਮੁੱਲ ਲੈਣੀ ਪਈ। ਮੈਂ ਇੰਸਟਾਗ੍ਰਾਮ 'ਤੇ ਇਹਨੇ ਲਾਈਵ ਪਾ ਤੇ, ਇੰਨੀ ਵਾਰ ਲਾਈਵ ਹੋ ਗਿਆ, ਇੰਨੇ ਰੁਪਈਏ ਪਾ ਲਏ ਮੋਬਾਈਲ 'ਚ, ਇੱਕ ਰੁਪਈਆ ਇੰਸਟਾਗ੍ਰਾਮ ਤੋਂ ਨਹੀਂ ਆਇਆ ਮੈਨੂੰ, ਇੱਕ ਰੁਪਈਆ ਨਹੀਂ ਆਇਆ, ਇੱਕ ਰੁਪਈਆ ਨਹੀਂ ਆਇਆ। ਡਾਲਰ ਦਾ ਮੈਂ ਕਹਿ ਨਹੀਂ ਸਕਦਾ, ਡਾਲਰ ਦਾ ਕਹਿ ਨਹੀਂ ਸਕਦਾ। ਅੱਛਾ, ਮਤਲਬ ਤੁਸੀਂ ਉਹੀ ਗੱਲ ਕਰਦੇ ਹੋ ਕਿ ਜਿਹੜੇ ਡਾਲਰ ਆ, ਜਿਹੜੇ ਡਾਲਰ ਆ, ਇਹ ਕੈਨੇਡਾ ਸਿਰਫ ਡਾਲਰਾਂ ਦੀ ਜਿਹੜੀ ਮਾਰ ਆ ਸਾਰੀ? ਨਹੀਂ ਬਾਈ, ਇੱਥੇ ਡਾਲਰਾਂ ਵੀ ਹੈਗਾ ਬਾਈ, ਉੱਥੇ ਵੀ ਸਸਤਾ ਸਿਸਟਮ ਸਾਰਾ ਬਹੁਤ ਵਧੀਆ ਹੈ ਬਾਈ, ਉੱਥੇ ਗੇਮ ਆ। ਪਰ ਉਹ ਵੀ ਹੁਣ ਲੂਮੀਨਾਟੀ ਦੇ ਉਹ ਨੇੜੇ ਆ ਗਿਆ ਬਾਈ, ਹੁਣ ਮਹਿੰਗਾ ਕਰਤਾ ਡਾਲਰਾਂ ਨੇ ਬਾਈ। ਮੈਂ ਤੁਹਾਨੂੰ ਕੀ ਕਹਿ ਰਿਹਾ, ਮੈਂ ਕਿਹਾ ਜਿਹੜੇ ਆਪਣੇ ਪੰਜਾਬ ਦੇ ਲੋਕ ਨੇ, ਡਾਲਰਾਂ ਦੇ ਮਾਰੇ ਵਿਚਾਰੇ ਭੱਜੇ ਫਿਰਦੇ ਆ, ਇਹ ਇੱਥੇ ਪੰਜਾਬ 'ਚ ਕੰਮ ਹੈ ਨਹੀਂ, ਲੋਕ ਭੱਜੇ ਫਿਰਦੇ ਆ, ਤੁਸੀਂ ਹੋਰ ਹੀ ਪਾਸੇ ਤੁਰ ਪਏ।
ਬਾਈ ਭੱਜੇ ਨਹੀਂ ਫਿਰਦੇ ਬਾਈ, ਜਿਹੜੇ ਜਿਹੜੇ ਕੰਮ ਕਰਦੇ ਨੇ ਉਹ ਤਾਂ ਕਰ ਹੀ ਰਹੇ ਨੇ, ਜਿਹੜੇ ਭੱਜੇ ਫਿਰਦੇ ਨੇ ਬਾਈ ਉਹ ਤਾਂ ਮੈਨੂੰ ਲੱਗਦਾ ਮਤਲਬ ਸਪੋਰਟਸ ਵਗੈਰਾ ਲਈ ਹੋਈ ਆ ਉਹਨੇ ਬੰਦੇ ਨੇ ਜਿਹੜੇ ਭੱਜੇ ਫਿਰਦੇ ਨੇ, ਕੋਈ 400 ਮੀਟਰ ਆ, ਕੋਈ 1600 ਮੀਟਰ, ਕੋਈ ਮਤਲਬ ਇੱਦਾਂ ਇਸ ਹਿਸਾਬ ਨਾਲ ਉਹ ਕੈਟੇਗਰੀਜ਼ ਹੁੰਦੀਆਂ ਨੇ। ਤੁਸੀਂ ਕੋਈ ਗੇਮ ਦੇ ਪਲੇਅਰ ਰਹੇ ਹੋ ਤੁਸੀਂ? ਮੈਂ ਗੇਮ ਦਾ ਪਲੇਅਰ ਹਾਂ ਬਾਈ। ਚਿੜੀ ਉਡਕਾਉਡ? ਨਹੀਂ ਨਹੀਂ, ਕੀ ਗੱਲਾਂ ਕਰਦੇ ਬਾਈ ਤੁਸੀਂ? ਤਾਂ ਫਿਰ ਤੁਸੀਂ, ਮੈਨੂੰ ਤਾਂ ਲੱਗਦਾ ਉਹੀ ਹੈ। ਮੈਂ ਲੁਮੀਨਾਟੀ, ਲੁਮੀਨਾਟੀ ਨੂੰ ਮੈਂ ਕਿਨਾ ਗੇਮ ਖੇਡਣਾ ਚਾਹੁੰਦਾ, ਲੁਮੀਨਾਟੀ ਦਾ ਚੈਸ ਖੇਡਣਾ ਚਾਹੁੰਦਾ ਮੈਂ, ਮੇਰੀ ਇੱਕ ਰੀਝ ਆ ਬਸ। 12 ਟਾਣੀ ਵੀ ਖੇਡ ਲੈਂਦੇ? 12 ਟਾਣੀ ਵੀ ਖੇਡੀ ਹੈ ਬਾਈ ਪਿੰਡ ਦੇ ਵਿੱਚ ਭਾਬੀ, ਜਿੱਦਣ ਮੈਨੂੰ ਚੈਸ ਆ ਗਈ ਉਦੋਂ ਮੈਂ 12 ਟਾਣੀ ਵੀ ਸਿੱਖ ਲੈਣੀ ਹੈ ਬਾਈ। ਜਦੋਂ ਚੈਸ ਆ ਗਈ 12 ਟਾਣੀ ਆਉਂਦੀ ਨਹੀਂ? 12 ਟਾਣੀ ਨਹੀਂ ਆਉਂਦੀ ਬਾਈ। ਭਾਬੀ ਆਉਂਦੀ? ਮੈਨੂੰ ਲੰਗੜੀ ਚੂਹੀ ਆਉਂਦੀ ਹੈ। ਲੰਗੜੀ ਚੂਹੀ, ਇਹ ਵੀ ਕੋਈ ਗੇਮ ਆ? ਹਾਂਜੀ ਹੁੰਦੀ ਹੈ। ਪੂਰਨੱਕਾ ਆਉਂਦਾ ਬਾਈ? ਪੂਰਨੱਕਾ ਤਾਂ ਜੋ ਸੁਣਿਆ। ਦੱਖਣ ਆਉਂਦਾ? ਦੱਖਣ ਆਉਂਦਾ ਬਾਈ, ਤਾਨਾ ਵੀ ਆਉਂਦਾ ਬਾਈ, ਤਾਨਾ ਆਉਂਦਾ, ਠੀਕ ਆ, ਸਭ ਆਉਂਦੇ ਨੇ। ਪਿੱਲ 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 ਦਾ ਪਤਾ? ਪਿੱਲ ਦਾ ਵੀ ਪਤਾ ਬਾਈ, 3-6-9। ਭਾਬੀ ਬਣੇ ਕਦੇ? ਨਹੀਂ ਭਾਬੀ ਨਹੀਂ ਬਣਿਆ ਬਾਈ, ਬਣਾਏ ਬੜੇ ਨੇ, ਬਣਾਏ ਬੜੇ ਨੇ। ਯੂਨੋ ਉਹ ਮੈਂ ਟਾਰਗੇਟ, ਟਾਰਗੇਟ ਕਿਹਨੂੰ ਟਾਰਗੇਟ ਕਰ ਰਿਹਾ ਮੈਂ? ਤੁਸੀਂ ਸਮਝ ਰਹੇ ਹੋਵੋਗੇ। ਅਤੇ ਨਾਲੇ ਬਾਈ ਤੁਸੀਂ ਜਿਹੜਾ ਹੁਣ ਆਪਣਾ ਨਵੀਂ ਗੱਡੀ ਲਈ ਹੈ ਨਾ, ਉਹਦੇ ਲੋਏ ਜਾਏ ਜਾ ਕੇ ਮੋਂਗਾ ਟਾਇਰ ਤੋਂ ਪਾਉਣੇ ਆ। ਮੋਂਗਾ ਟਾਇਰ ਤੋਂ ਪਾਉਣੇ? ਮੋਂਗਾ ਟਾਇਰ ਤੋਂ ਹੀ ਪਾਉਣੇ, ਜਿੰਨੇ ਵੀ ਮੇਰੇ ਵੀਰ ਦੇਖ ਰਹੇ ਨੇ ਨਾ ਉਹ ਮੋਂਗਾ ਟਾਇਰ 'ਤੇ ਜਾਇਓ ਯਾਰ, ਸ਼ੇਰਪੁਰ ਵਾਲੇ। ਹਾਂ, ਕਿਉਂਕਿ ਦਲਜੀਤ ਬਾਈ ਨੇ ਵੀ ਉੱਥੋਂ ਪਾਏ ਨੇ, ਸੁਲਤਾਨ ਬਾਈ ਨੇ ਵੀ ਉੱਥੋਂ ਪਾਏ ਨੇ। ਹੁਣ ਮੈਂ ਵੀ ਕੋਸ਼ਿਸ਼ ਕਰ ਰਿਹਾ ਵੀ ਕਿਤੇ ਨਾ ਕਿਤੇ ਮੇਰੀ ਗੇਮ ਪੈ ਜਾਵੇ ਅਤੇ ਮੈਂ ਮੋਂਗਾ ਟਾਇਰ ਤੋਂ ਲੋਏ ਪਾ ਲਵਾਂ। ਸ਼ੇਰਪੁਰ ਚੌਂਕ ਦੇ ਵਿੱਚ? ਸ਼ੇਰਪੁਰ ਚੌਂਕ ਦੇ ਲੁਧਿਆਣੇ ਦੇ ਵਿੱਚ? ਹਾਂਜੀ, ਉਹ ਤਾਂ ਮੈਨੂੰ ਲੱਗਦਾ ਕਹਿੰਦਾ ਏਸ਼ੀਆ ਦੀ ਸਭ ਤੋਂ ਵੱਡੀ ਆ ਲੁਧਿਆਣਾ। ਅਤੇ ਇਸੇ ਕਰਕੇ ਤਾਂ ਬਾਈ ਉੱਥੇ, ਕਿਉਂਕਿ ਆਪਣੇ ਲੋਕ ਸਾਡੇ ਇੰਡੀਆ ਨੂੰ ਪ੍ਰਮੋਟ ਨਹੀਂ ਕਰਦੇ, ਬਾਹਰੋਂ ਇੰਪੋਰਟ ਕਰਾਉਂਦੇ ਨੇ। ਲੋਏ ਬਾਹਰੋਂ ਕਿਉਂ ਇੰਪੋਰਟ ਕਰਾਉਂਦੇ ਹੋ, ਸਾਰਾ ਕੁਝ ਹੈਗਾ ਅਵੇਲੇਬਲ ਉੱਥੇ ਮੋਂਗਾ ਟਾਇਰ ਵਾਲਿਆਂ ਦੇ। ਮੋਂਗਾ ਟਾਇਰ ਉੱਥੇ ਕਿੰਨੇ ਕਿੰਨੇ ਪਵਾਏ ਹੋਏ? ਉੱਥੇ ਉੱਥੇ ਬਾਈ ਬਾਦਸ਼ਾਹ ਨੇ ਪਵਾਏ ਨੇ, ਯੋਯੋ ਹਨੀ ਸਿੰਘ ਨੇ ਪਵਾਏ ਨੇ, ਦਲਜੀਤ ਬਾਈ ਨੇ ਪਵਾਏ ਨੇ ਜੀ, ਠੀਕ ਆ ਨਾ ਜੀ, ਹਰਜੀਤ ਬਾਈ ਨੇ ਵੀ ਪਵਾਏ ਨੇ ਉੱਥੋਂ। ਮੈਂ? ਹਾਂਜੀ। ਤੁਸੀਂ ਤਾਂ ਮੈਨੂੰ ਬਲੌਗ ਮਾਰਿਆ, ਤੁਹਾਨੂੰ ਕਿੱਦਾਂ ਪਤਾ ਲੱਗ ਗਿਆ? ਮੈਂ ਬਾਈ ਫੇਕ ਆਈਡੀ ਤੋਂ ਦੇਖਦਾ, ਮੈਂ ਸਾਰਾ ਕੁਝ ਦੇਖਦਾ ਬਾਈ। ਬਾਈ ਦੀ ਇੱਕ ਫੇਕ ਆਈਡੀ ਵੀ ਆ। ਹੱਸਣਾ ਕਿਹਨੂੰ ਨਹੀਂ ਪਸੰਦ, ਕਦੀ ਕਦੀ ਮੈਂ ਵੀ ਹੱਸ ਲੈਂਦਾ। ਇਹ ਬਾਈ ਕਹਿੰਦਾ ਇਹ ਫੇਕ ਆਈਡੀ ਤੋਂ ਤੁਸੀਂ ਸਾਰਿਆਂ ਨੂੰ ਮੈਸੇਜ ਕਰਦੇ ਹੋ ਪੇਡ ਪ੍ਰਮੋਸ਼ਨ, ਅਗਲਾ ਰਿਪਲਾਈ ਦੇ ਦਿੰਦਾ। ਉਹ ਬਾਈ ਮੈਂ ਟ੍ਰੇਡਿੰਗ ਸ਼ੁਰੂ ਕੀਤੀ ਆ ਹੁਣ। ਟ੍ਰੇਡਿੰਗ ਸ਼ੁਰੂ ਕੀਤੀ, ਹੈਗਾ ਫਾਇਦਾ ਕੋਈ? ਜਦੋਂ ਹੁਣ ਮੈਂ ਸ਼ੁਰੂ ਕੀਤੀ ਹੈ ਕਹਿਣ ਦਾ ਭਾਵ, ਹਲੇ ਜਦੋਂ ਪ੍ਰਮੋਸ਼ਨ ਹੋਊਗੀ ਫਿਰ ਮੈਂ ਫਿਰ ਹੀ ਬਾਏ ਕਰੂੰਗਾ ਕੁਛ। ਅੱਛਾ, ਤੁਸੀਂ ਇੱਕ ਵੀਡੀਓ 'ਚ ਖਾਨਾ ਬਦੋਸ਼ ਕਿਹਾ ਸੀ, ਖਾਨਾ ਬਦੋਸ਼ ਕਿਹਨੂੰ ਕਹਿਤਾ? ਦੈਟਸ ਮਾਈ ਸਲੈਂਗ ਬ੍ਰਦਰ, ਉੱਥੇ ਸਰੀ ਦੇ ਵਿੱਚ ਸਲੈਂਗ ਆ ਖਾਨਾ ਬਦੋਸ਼। ਖਾਨਾ ਬਦੋਸ਼ਾ ਗਮ ਹੈ। ਅੱਛਾ, ਇਹ ਪੰਗੇ ਲੈਣੇ ਜਿਹੜੇ ਕਦੋਂ ਬੰਦ ਕਰੋਗੇ? ਦੈਟਸ ਨਾਟ ਪੋਸੀਬਲ ਬ੍ਰਦਰ। ਇੱਕ ਕੁਝ ਆਦਤਾਂ ਜਿਹੜੀਆਂ ਨੇ ਉਹ ਚੇਂਜ ਨਹੀਂ ਹੁੰਦੀਆਂ। ਚੇਂਜ ਨਹੀਂ ਹੁੰਦੀਆਂ ਯੂਨੋ, ਮਤਲਬ ਉਹ ਕਹਿੰਦਾ ਟੀਠ ਆ, ਟੀਠ ਹੋ ਗਿਆ ਜੀ। ਨਹੀਂ, ਮੈਂ ਤਾਂ ਸੁਣਿਆ ਸੀਗਾ ਕਿ ਜਿਹੜੇ ਬੜੇ ਵਧੀਆ ਬੰਦੇ ਹੁੰਦੇ ਨੇ, ਜਿਹੜੇ ਬੜੇ ਯੂਨੀਕ ਹੁੰਦੇ ਨੇ, ਜਿਹੜੇ ਕੰਮ ਵਾਲੇ ਹੁੰਦੇ ਨੇ, ਉਹ ਗੱਲ ਪਤਾ ਕੀ ਆ, ਤਰੀਕਾ ਹੁੰਦਾ ਗੱਲ ਕਹਿਣ ਦਾ, ਮੈਂ ਪਿਆਰ ਨਾਲ ਕਹਿਣਾ। ਨਹੀਂ, ਇੱਕ ਤਰੀਕਾ ਸਲੀਕਾ ਹੁੰਦਾ, ਇੱਕ ਮੈਨਰਡ ਪਰਸਨ ਜੇ ਤੁਸੀਂ ਗੱਲ ਕਰੋਗੇ ਨਾ ਤੁਹਾਨੂੰ ਪਤਾ ਲੱਗੂਗਾ। ਨਹੀਂ, ਤੁਸੀਂ ਕੰਮ ਨਾਲ ਜਵਾਬ ਕਿਉਂ ਨਹੀਂ ਦਿੰਦੇ, ਤੁਸੀਂ ਬੋਲ ਕੇ ਜਵਾਬ ਕਿਉਂ ਦਿੰਦੇ? ਬਾਈ ਕੰਮ ਹੀ ਹੈ ਵੀ, ਕੰਮ ਹੀ ਹੈ ਕੰਮ, ਸੋਸ਼ਲ ਮੀਡੀਆ ਦੇ ਉੱਤੇ ਆਉਣਾ ਸੌਖੀ ਗੱਲ ਨਹੀਂ ਹੈਗੀ। ਹੁਣ ਤੁਸੀਂ ਰੋਸਟਰ ਹੋ ਗਏ? ਮੈਂ ਰੋਸਟਰ ਹਾਂ ਜੀ। ਜਿਹੜੇ ਪਹਿਲਾਂ ਰੋਸਟਰ ਨੇ ਉਹਨਾਂ ਤੋਂ ਉੱਪਰ? ਉਹ ਵੀ ਰੋਸਟਰ ਜਿਹੜੇ ਨਾ, ਮੈਂ ਉਹ ਮਤਲਬ ਇੰਨੀ ਗੱਲ ਨਹੀਂ ਬਣੀ ਉਹਨਾਂ ਤੋਂ, ਮੈਨੂੰ ਇੰਨਾ ਰੋਸਟ ਕਰ ਨਹੀਂ ਪਾਏ ਉਹ, ਤਾਂ ਫਿਰ ਮੈਂ ਆਪਣਾ ਹੀ ਸ਼ੁਰੂ ਕਰ ਲਿਆ, ਮੈਂ ਆਪ ਹੀ ਰੋਸਟ ਕਰੂੰਗਾ ਆਪਣੇ ਆਪ। ਆਪਣੇ ਆਪ ਨੂੰ ਆਪ ਰੋਸਟ ਕਰੋਗੇ? ਕਿਹੜੀਆਂ ਕਿਹੜੀਆਂ ਕਮੀਆਂ ਅਤੇ ਕਿਹੜੀ ਕਿਹੜੀ ਖੂਬੀਆਂ ਨੇ ਤੁਹਾਡੇ ਵਿੱਚ? ਮੇਰੇ ਵਿੱਚ ਭਾਅ ਜੀ ਸਭ ਤੋਂ ਵੱਡੀ ਕਮੀ ਇਹੀ ਹੈ ਵੀ ਮੈਂ ਮਤਲਬ ਬੜਾ ਮੈਨਰਡ ਹਾਂ।
ਵੀ ਮੈਂ ਨਾ ਬੜੇ ਪਿਆਰ ਨਾਲ ਗੱਲ ਕਰਦਾ ਅਗਲੇ ਨੂੰ ਚੁੱਭਦੀ ਨਹੀਂ ਗੱਲ। ਇਹ ਮੇਰੀ ਰੋਸਟਿੰਗ ਦੇ ਵਿੱਚ ਮੇਰੀ ਇਹ ਮਤਲਬ ਇੱਕ ਖੂਬੀ ਕਹਿ ਲਓ, ਕਮੀ ਵੀ ਹੈ ਤੇ ਖੂਬੀ ਵੀ। ਇਹ ਮੇਰੀ ਕਮੀ ਵੀ ਹੈ ਇੱਕ ਖੂਬੀ ਵੀ ਹੈ। ਸਭ ਤੋਂ ਜ਼ਿਆਦਾ ਇੱਜ਼ਤ ਕਿਹੜੇ ਬੰਦੇ ਦੀ ਕਰਦੇ ਹੋ? ਸਭ ਤੋਂ ਜ਼ਿਆਦਾ ਇੱਜ਼ਤ ਬਾਈ ਜੀ, ਮੈਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤਾਂ ਮੈਂ ਬਸ ਸ਼ੀਸ਼ਾ ਹੀ ਦੇਖਦਾ ਜੀ, ਮੈਂ ਉਹ ਬਸ ਉਹੀ ਹੈ ਮੇਰੇ ਲਈ, ਮਤਲਬ ਆਪਣੇ ਆਪ ਕਰਦਾ। ਆਪਣੇ ਮਤਲਬ ਲੱਤਾਂ ਨੂੰ ਖੁਦ ਹੱਥ ਲਾਉਂਦੇ ਹੋ, ਆਪਣਾ ਚਿਹਰਾ ਦੇਖਦੇ ਹੋ ਬਾਈ? ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕਾਲਿਆਂ ਨੂੰ ਮੈਂ ਫੋਲੋ ਕਰਦਾ, ਆਪਣਾ ਸਨੂਪ ਭਾਈ ਜਿਹੜਾ ਸਨੂਪ ਬਾਈ ਵੀ ਘੈਂਟ ਆ, ਸਨੂਪ ਡੋਗ ਬਾਈ, ਮੈਂ ਸਨੂਪ ਡੋਗ ਬਾਈ ਕਹਿ ਦਿੰਦਾ ਹੁੰਦਾ ਬਾਈ ਨੂੰ। ਅਤੇ ਕਈ ਵਾਰ ਉਹਨਾਂ ਦਾ ਪਾਸਪੋਰਟ ਵੀ ਰਿਜੈਕਟ ਹੋਇਆ, ਕਹਿੰਦੇ ਸਰਨੇਮ ਨਹੀਂ ਲਾਇਆ ਬਾਈ, ਅਤੇ ਉਹ ਫਿਰ ਬਾਈ ਉਹਨਾਂ ਨੂੰ ਕਹਿ ਦਿੰਦਾ ਹੁੰਦਾ, ਉਹ ਜਿਵੇਂ ਉਹ ਕਹਿੰਦੇ ਵੀ ਥੈਂਕਸ ਟੂ ਮੀ ਲਾਸਟ ਐਂਡ ਲੀਸਟ ਥੈਂਕਸ ਟੂ, ਥੋੜ੍ਹਾ ਜਿਹਾ ਪਿੱਛੇ ਹੋ ਜਾਓ ਤੁਸੀਂ ਨਾ ਜ਼ਿਆਦਾ, ਥੈਂਕਸ ਟੂ ਮੀ ਲਾਸਟ ਬਟ ਨੋਟ ਦਾ ਲੀਸਟ ਥੈਂਕਸ ਟੂ ਮੀ। ਅੱਛਾ ਬਾਈ ਜੀ, ਆਹ ਮਾਈਕ ਨੇ ਆਹ ਜਿਹੜੇ ਆ ਮਜ਼ਾ ਆਉਂਦਾ, ਤੁਸੀਂ ਕਿਹਾ ਕਿ ਸਪੈਸ਼ਲ ਬਾਈ ਜੀ ਆਹ ਮਾਈਕ ਹੋਏਗੇ ਤਾਂ ਮੈਂ ਇੰਟਰਵਿਊ ਕਰਨੀ। ਬਿਲਕੁਲ ਬਾਈ ਜੀ, ਇਹ ਆਪਣਾ ਜਿਹੜੇ ਮੌਂਗਾ ਟਾਇਰਸ ਨੇ, ਸੋਰੀ ਬਾਈ, ਕਿਉਂਕਿ ਮੌਸਮ ਚੇਂਜ ਹੋ ਗਿਆ ਨਾ, ਤੁਸੀਂ ਇੱਕਦਮ ਚੇਂਜ ਮੌਸਮ 'ਚ ਆ ਗਏ, ਤੁਸੀਂ ਇੱਕ ਆਉਣੀ ਹੋਣੀ, ਕਿਉਂਕਿ ਉਹ ਗਿਫਟ ਵੀ ਦਿੰਦੇ ਨੇ ਬਾਈ, ਇਹ ਮੌਂਗਾ ਟਾਇਰ ਵਾਲੇ ਇੱਦਾਂ ਦੇ ਵੀ ਮਾਈਕ ਜਿਹੜੇ ਗਿਫਟ ਕਰਦੇ ਨੇ ਲੋਏ ਦੇ ਨਾਲ ਕੁਛ ਨਾ ਕੁਛ ਗਿਫਟ ਵੀ ਦਿੰਦੇ। ਹਾਂਜੀ ਠੀਕ। ਨਹੀਂ ਤੁਹਾਨੂੰ ਤੁਸੀਂ ਮਤਲਬ ਇਹ ਖਾਸ ਕੀ ਚੀਜ਼ ਲੱਗਾ ਕਿ ਤੁਸੀਂ ਕਿ ਮੈਂ ਜੇ ਮਾਈਕ ਹੋਏ ਮੈਂ ਤਾਂ ਹੀ ਇੰਟਰਵਿਊ ਕਰਨਾ? ਕਿਉਂਕਿ ਬਾਈ ਮੈਨੂੰ ਨਾ ਆਈਸਕ੍ਰੀਮ ਦਾ ਬਹੁਤ ਸ਼ੌਂਕ ਆ, ਅਤੇ ਮੈਨੂੰ ਆਈਸਕ੍ਰੀਮ ਆ ਫੀਲ ਦਿੰਦਾ ਬਾਈ, ਇਹ ਆਈਸਕ੍ਰੀਮ ਦਾ ਇਹ ਮਤਲਬ ਆ ਜਿਹੜਾ ਲੱਗਦਾ ਤੁਹਾਨੂੰ ਐਂ ਕਰਕੇ, ਹਾਂ ਆਈਸਕ੍ਰੀਮ ਦਾ ਫੀਲ ਦਿੰਦਾ ਬਾਈ, ਆਈਸਕ੍ਰੀਮ ਦਾ। ਹੁਣ ਤੁਸੀਂ ਬਲੌਕ ਅਨਬਲੌਕ ਕਰਕੇ ਕਰੋਗੇ ਮੈਸੇਜ ਮੈਨੂੰ? ਗੋਡ ਨੋਸ ਬ੍ਰੋ, ਇਹ ਤਾਂ ਹੁਣ ਮਤਲਬ ਉਹ ਇਲੂਮੀਨਾਟੀ ਜਾਣੇ। ਆਖਿਰ ਦੇ ਵਿੱਚ ਦਰਸ਼ਕਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ? ਦਲਜੀਤ ਬਾਈ ਨੂੰ ਕੀ ਕਹਿਣਾ ਚਾਹੋਗੇ? ਦਲਜੀਤ ਬਾਈ, ਆਈ ਐਮ ਰੀਅਲੀ ਰਿਸਪੈਕਟ ਯੂ, ਤੁਸੀਂ ਪਲੀਜ਼ ਮੇਰਾ ਸਾਥ ਦਿਓ, ਜਿਵੇਂ ਤੁਸੀਂ ਬਾਕੀ ਸਿੰਗਰਾਂ ਨੂੰ ਕਿਵੇਂ ਉਹ ਕਰਦੇ ਆ, ਮੈਂ ਬਾਈ ਆਡੇ ਲਾ ਕੇ ਕਿਵੇਂ ਆ, ਤੁਹਾਡੇ ਤੋਂ ਫੇਮ ਨਹੀਂ ਚਾਹੁੰਦਾ, ਮੈਂ ਤੁਹਾਡੇ ਨਾਲ ਪੰਗਾ ਲੈ ਕੇ ਹੀ ਮਤਲਬ ਤੁਹਾਡੇ ਨਾਲ ਜੁੜਨਾ ਚਾਹੁੰਦਾ, ਤੁਸੀਂ ਕਿਸੇ ਤਰੀਕੇ ਮੈਨੂੰ ਆਪਣੇ ਨਾਲ ਜੋੜੋ, ਫਿਰ ਮੈਂ ਦੇਖਦਾ ਵੀ ਤੁਸੀਂ ਕਿਵੇਂ ਇਲੂਮੀਨਾਟੀ ਨਾਲ, ਮੈਂ ਫਿਰ ਤੁਹਾਡਾ ਖਿਆਲ ਰੱਖੂੰਗਾ, ਖਿਆਲ ਰੱਖੋ ਤਰੀਕੇ ਨਾਲ, ਮੈਂ ਤੁਹਾਨੂੰ ਚਲਾਉਂਗਾ ਵੀ ਕਿਵੇਂ ਚੱਲੀਦਾ ਆ, ਤੁਹਾਨੂੰ ਹਲੇ ਚੱਲਣਾ ਹੀ ਨਹੀਂ ਆਉਂਦਾ ਬਾਈ, ਚੱਲਣ ਨਹੀਂ ਆਉਂਦਾ। ਸੋਨੂ ਸੀਤੋ ਵਾਲੇ ਬਾਈ ਨੂੰ ਕੀ ਕਹੋਗੇ? ਸੋਨੂ ਸੀਤੋ ਵਾਲਾ ਬਾਈ ਹੁਣ ਉਹ ਲੀਗ ਤੋਂ ਬਾਹਰ ਆ ਬਾਈ ਮੇਰੀ, ਉਹ ਨੈਕਸਟ ਲੈਵਲ ਹੋ ਗਿਆ ਬਾਈ, ਉਹ ਹਾਲੀਵੁੱਡ ਦੇ ਉਹ ਹਾਲੀਵੁੱਡ ਲੈਵਲ ਦਾ ਬਾਈ, ਉਹ ਮੈਂ ਕਹਿ ਰਿਹਾ ਵੀ ਆਉਣ ਵਾਲਾ ਇਲੂਮੀਨਾਟੀ ਉਹੀ ਆ, ਇਲੂਮੀਨਾਟੀ ਉਹੀ ਆ। That's me. ਕਿਆ ਬਾਤ ਹੈ, ਚਲੋ ਦਰਸ਼ਕੋ ਗਾਮ ਹੈ, ਕਿਆ ਬਾਤ ਹੈ, ਤੁਸੀਂ ਦੇਖ ਲਿਆ ਗਰੀਬ ਹੋਣਾ ਅਮੀਰ, ਉਹ ਤਾਂ ਤੁਸੀਂ ਸੁਣ ਵੀ ਲਿਆ ਸੀ, ਅੱਜ ਤੁਸੀਂ ਦੇਖ ਵੀ ਲਿਆ ਗਰੀਬ ਬਾਈ ਜੀ ਨਾਲ ਸਾਡੀਆਂ ਗੱਲਾਂ ਬਾਤਾਂ ਹੋਈਆਂ, ਕੀ ਉਹਨਾਂ ਨੇ ਦੱਸਿਆ ਕੀ ਕਿਹਾ, ਕਿਉਂ ਕੋਂਟਰਵਰਸੀ ਕਰਦੇ ਨੇ, ਉਹਨਾਂ ਨੇ ਗਾਇਕੀ ਛੱਡ ਕੇ ਰੋਸਟਰ ਬਣ ਗਏ ਆ, ਕਿਉਂ ਕਾਰਨ ਕੀ, ਸਾਰਾ ਕੁਝ ਤੁਹਾਨੂੰ ਦੱਸਿਆ। ਅਤੇ ਤੁਸੀਂ ਟੋਕਰਾ ਟੀਵੀ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ, ਤੁਹਾਡਾ ਆਪਣਾ ਚੈਨਲ ਆ, ਪਿਆਰ ਕਰਿਆ ਕਰੋ। ਬਾਈ ਜੀ ਤੁਸੀਂ ਵੀ ਇੱਕ ਵਾਰ ਕਹਿ ਦਿਓ ਬਾਈ, ਇਲੂਮੀਨਾਟੀ ਇਜ਼ ਅ ਗੇਮ ਗਿਵਨ ਟੂ ਸਰਵਲ ਗਰੁੱਪਸ ਬੋਥ ਰੀਅਲ ਐਂਡ ਫਿਕਸ਼ਨਲ ਹਿਸਟੋਰੀਕਲ ਵਿਕੀਪੀਡੀਆ ਪੜ੍ਹ ਕੇ ਬਾਈ ਯੂਜ਼ੂਅਲੀ ਰੈਫਰਸ ਟੂ ਦਾ। ਚਲੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।